ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਫੋਰ ਜੁਆਇਨਿੰਗ ਮੀ ਲੈ ਕੇ ਬੈਠ ਜਾਓ ਆਪਣੀ ਚਾਹ ਕੌਫੀ ਆਰਾਮ ਨਾਲ ਗੱਲ ਸੁਣੋ ਆਈ ਨੋ ਅਸੀਂ ਸਾਰੇ ਇਕੱਠੇ ਹੁੰਦੇ ਹਾਂ ਕਿਸੇ ਦਾ ਬੱਚੇ ਦੀ ਗੱਲ ਕਿਸੇ ਦੇ ਘਰ ਦੀ ਗੱਲ ਆਰਾਮ ਨਾਲ ਸੁਣ ਕੇ ਸਲਾਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਫਕੋਰਸ ਬੜੇ ਸਾਰੇ ਸੋਸ਼ਲ ਪੁਆਇੰਟ ਆਫ ਵਿਊਜ਼ ਹੈ ਅੱਜ ਜਿਸ ਤਰ੍ਹਾਂ ਨਾਲ ਗੱਲ ਕਰ ਰਹੇ ਹਾਂ ਆਈ ਨੋ ਮੈਨੂੰ ਲੱਗਦਾ ਕਿ ਬੜੇ ਹੀ ਗੁੱਡ ਇੰਟੈਂਸ਼ਨ ਨਾਲ ਉਹਨਾਂ ਨੇ ਕੁਛ ਔਫਰ ਕੀਤਾ ਬਟ ਹੁਣ ਜਿਹੜੀ ਉਹ ਸਿਚੁਏਸ਼ਨ 'ਚ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਔਰ ਬੜੇ ਓਪਨ ਹੋ ਕੇ ਓਨੈਸਟ ਹੋ ਕੇ ਪੁੱਛ ਰਹੇ ਨੇ ਕਿ ਮੈਨੂੰ ਪਲੀਜ਼ ਦੱਸੋ ਕਿ ਮੈਂ ਕੀ ਕਰਾਂ ਕਹਿੰਦੇ ਕਿ ਇੱਕ ਫਰੈਂਡ ਦਾ ਬੇਟਾ ਹੈ ਜਿਹੜਾ ਸ਼ਾਇਦ ਹੀ ਵਾਜ਼ ਫੇਲਿੰਗ ਇਨ ਕਲਾਸ ਕਲਾਸ ਵਿੱਚ ਅੱਛੀ ਪੜ੍ਹਾਈ ਨਹੀਂ ਕਰ ਰਿਹਾ ਸੀ ਬਹੁਤ ਘੱਟ ਨੰਬਰ ਲਿਆ ਰਿਹਾ ਸੀ ਯੂ ਨੋ ਟੀਚਰਸ ਕੰਪਲੇਨ ਕਰ ਰਹੀਆਂ ਅਤੇ ਕੁਛ ਮਾਪਿਆਂ ਨੂੰ ਇਹ ਵੀ ਲੱਗਿਆ ਕਿ ਸ਼ਾਇਦ ਕੰਪਨੀ ਅੱਛੀ ਨਹੀਂ ਹੈ 11ਵੀਂ ਦੇ ਵਿੱਚ ਹੈ ਯੂ ਨੋ ਕਰੂਸ਼ੀਅਲ ਟਾਈਮ ਹੈ ਸਕੂਲ ਦਾ ਸੋ ਮੇਰੇ ਨਾਲ ਗੱਲ ਹੋ ਰਹੀ ਸੀ ਮੇਰਾ ਇੱਕ ਬਿਜ਼ਨਸ ਹੈਗਾ ਜਿਹਦੇ 'ਚ ਕਾਫੀ ਸਟਾਫ ਹੈ ਮੇਰੇ ਕੋਲ ਔਰ ਯੰਗ ਬੱਚੇ ਕਾਫੀ ਹੈਗੇ ਹੈ ਯੰਗ ਹਾਈ ਸਕੂਲਰਸ ਵੀ ਹੈ ਮੇਰੇ ਕੋਲ ਪਾਰਟ ਟਾਈਮ ਕਰਦੇ ਨੇ ਕਹਿੰਦੇ ਕਿ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਕਿ ਤੁਸੀਂ ਨਾ ਕਿਸੇ ਪਾਸੇ ਲਾਓ ਉਹਨੂੰ ਅਤੇ ਮੇਰੇ ਆਫਿਸ ਭੇਜ ਦਿਉ ਮੇਰੇ ਵੱਲ ਭੇਜ ਦਿਉ ਸੋ ਇਸ ਇਜ਼ ਦੈਟਸ ਅ ਗੁੱਡ ਆਈਡੀਆ ਉਹ ਕਿਉਂਕਿ ਪੂਰਾ ਸਾਲ ਜਿਹੜਾ ਹੈ ਉਹ ਘਰ ਰੱਖਣ ਦੀ ਸੋਚ ਰਹੇ ਸੀ ਕਿਉਂਕਿ ਸਕੂਲ ਉਹਨਾਂ ਨੂੰ ਲੱਗਿਆ ਕਿ ਕੁਛ ਨਾ ਕੁਛ ਇਸ਼ੂਜ਼ ਆ ਰਹੇ ਹੈ ਕੰਪਨੀ ਨੋਟ ਡੂਇੰਗ ਵੈਲ ਸੋ ਕਿ ਇੱਕ ਨਹੀਂ ਸਕੂਲ ਭੇਜਦੇ ਰਹੋ ਕਿਉਂਕਿ ਬਾਕੀ ਸਾਰਾ ਯੂ ਨੋ ਟਾਈਮ ਬੜਾ ਹੁੰਦਾ ਵੀਕਐਂਡਸ ਦੇ ਉੱਤੇ ਆਫਟਰ ਸਕੂਲ ਅਤੇ ਤੁਸੀਂ ਮੇਰੇ ਕੋਲ ਜੋਬ ਕਰਨ ਭੇਜੋ ਉਹਨਾਂ ਨੇ ਉਹ ਤਾਂ ਨਹੀਂ ਗੱਲ ਕੀਤੀ ਉਹਨਾਂ ਨੇ ਘਰ ਬਿਠਾ ਲਿਆ ਸੋ ਕੁਛ ਮਹੀਨੇ ਉਹਨੂੰ ਸਮਝਾਇਆ ਨੇ ਜਦੋਂ ਵੀ ਉਹਨਾਂ ਦੇ ਘਰ ਦਾ ਪਰਸਨਲ ਇਸ਼ੂ ਹੈ ਬਟ ਫਿਰ 3-4 ਮਹੀਨਿਆਂ ਬਾਅਦ ਮੇਰੇ ਕੋਲ ਆਏ ਕਿ ਇਹਨੂੰ ਰੱਖ ਲਓ ਯੂ ਨੋ ਸੋ ਮੈਂ ਕਿਹਾ ਠੀਕ ਹੈ ਕਿਸੇ ਦਾ ਬੱਚਾ ਆਪਣੇ ਬੱਚਾ ਸੇਮ ਗੱਲ ਹੈ ਔਰ ਮੈਂ ਵੀ ਮਦਰ ਹਾਂ ਯੂ ਨੋ ਬੱਚੇ ਹੈਗੇ ਆ ਮੇਰੇ ਵੀ ਕਾਫੀ ਵੱਡੇ ਆ ਹੁਣ ਪਰ ਸਟਿਲ ਮੈਨੂੰ ਲੱਗਦਾ ਸੀ ਕਿ ਨਹੀਂ ਇਹ ਬਹੁਤ ਜ਼ਰੂਰੀ ਹੈ ਕਹਿੰਦੇ ਅਸੀਂ ਸਾਰੇ ਸਟਾਫ ਨੂੰ ਕੁਛ ਨਹੀਂ ਕਿਹਾ ਐਜ਼ ਰੈਗੂਲਰ ਚਾਈਲਡ ਤਾਂ ਕਿ ਕੋਈ ਇਸ ਤਰ੍ਹਾਂ ਯੂ ਨੋ ਹੋਰ ਕੋਈ ਬੱਚਾ ਉਹਨਾਂ ਨੂੰ ਕੌਨਸ਼ੀਅਸ ਉਹ ਨਾ ਕਰ ਦੇਵੇ ਸੋ ਇੱਕ ਇੰਪਲੋਈ ਵਾਕਣ ਅਸੀਂ ਉਹਨੂੰ ਸਾਰਾ ਕੰਮ ਸਮਝਾਇਆ ਪਹਿਲਾ ਹਫ਼ਤਾ ਤਾਂ ਬਹੁਤ ਸੋਹਣਾ ਕੰਮ ਕਰਦਾ ਰਿਹਾ ਲੱਗਿਆ ਕਿ ਮਤਲਬ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਇੱਕ ਇਹ ਹੁਣ ਸਹੀ ਰਸਤੇ ਪੈ ਜਾਏਗਾ ਕਿਸੇ ਬੱਚੇ ਦੀ ਵੀ ਸਪੋਰਟ ਬਣੇ ਔਰ ਕੋਈ ਯੂ ਨੋ ਚੰਗੇ ਭਲੇ ਸਾਰੇ ਬੱਚਿਆਂ ਦਾ ਦਿਮਾਗ ਹੁੰਦਾ ਪਰ ਕੋਈ ਗਲਤ ਪਾਸੇ ਜਾ ਰਿਹਾ ਅਗਰ ਜਾਂ ਨਹੀਂ ਪੜ੍ਹਨ ਵੱਲ ਧਿਆਨ ਜਾ ਰਿਹਾ ਤਾਂ ਚਲੋ ਸ਼ਾਇਦ ਇਹਨੂੰ ਆਪਣੀ ਕੋਈ ਨਿੱਚ ਮਿਲ ਜਾਏਗੀ ਕਿ ਹਾਂ ਮੈਂ ਕੀ ਕਰਨਾ ਚਾਹੁੰਦਾ ਕਹਿੰਦੇ ਹਫ਼ਤਾ ਤਾਂ ਬੜਾ ਸੋਹਣਾ ਕਰਦਾ ਰਿਹਾ ਪਰ ਉਸ ਤੋਂ ਬਾਅਦ ਨਾ ਆਉਂਦਾ ਹੈ ਲੇਟ ਆਏਗਾ ਕਿਸੇ ਨਾਲ ਸਟਾਫ ਨਾਲ ਕੋਈ ਕਮਿਊਨੀਕੇਟ ਨਹੀਂ ਕਰਦਾ ਕੋਈ ਆਪਣਾ ਜਿਵੇਂ ਇੱਕ ਮਾਹੌਲ ਬੜਾ ਅੱਛਾ ਅਸੀਂ ਕ੍ਰੀਏਟ ਕੀਤਾ ਹੋਇਆ ਉਹ ਨਹੀਂ ਕਰਦਾ ਬੜੀ ਵਾਰੀ ਝੂਠ ਬੋਲਦਾ ਹੈ ਐਂਡ ਦੈਨ ਐਟੀਟਿਊਡ ਕਿ ਬਾਕੀ ਸਾਰਿਆਂ ਨਾਲ ਉਹਦਾ ਇਸ ਤਰ੍ਹਾਂ ਦਾ ਐਟੀਟਿਊਡ ਲੱਗਦਾ ਜਿਵੇਂ ਕਿ ਨਾ ਮੈਂ ਸਪੈਸ਼ਲ ਹਾਂ ਮੈਂ ਤਾਂ ਬਹੁਤ ਮੇਰੇ ਇਹ ਕੰਮ ਜਿਹੜਾ ਮੇਰੇ ਅੰਡਰ ਹੈ ਮੈਂ ਮੇਰੇ ਉਹ ਨਹੀਂ ਹੈਗਾ ਇਹ ਤਾਂ ਟਾਈਮ ਹੈਗਾ ਕਿ ਮਤਲਬ ਮੈਂ ਇੱਥੇ ਆਉਣਾ ਪੈ ਰਿਹਾ ਮੈਨੂੰ ਸੋ ਇਸ ਤਰ੍ਹਾਂ ਦਾ ਐਟੀਟਿਊਡ ਟੀਮ ਪਲੇਅਰ ਨਹੀਂ ਹੈ ਕੁਛ ਕਰਨਗੇ ਤਾਂ ਮੈਂ ਇਹ ਕੀਤਾ ਸੀ ਉਹਨੇ ਕਿਉਂ ਲੈ ਲਿਆ ਬੜਾ ਮਤਲਬ ਇਸ ਤਰ੍ਹਾਂ ਅਲੱਗ ਅਲੱਗ ਜਿਹਾ ਕੰਮ ਕਰਦਾ ਹੈ ਕਹਿੰਦੇ ਪਹਿਲਾ ਹਫ਼ਤਾ ਇੰਪ੍ਰੈਸ ਕਰਨ ਵਾਸਤੇ ਉਹਨੇ ਲਗਾ ਤਾ ਔਰ ਹੁਣ ਉਹ ਆਪਣੀਆਂ ਤਰੀਕੇ 'ਤੇ ਆ ਗਿਆ ਫਿਰ ਵੀ ਮੈਂ ਆਪਣੀ ਫਰੈਂਡ ਨਾਲ ਗੱਲ ਕੀਤੀ ਹੈ ਔਰ ਯੂ ਨੋ ਦੋਨੋਂ ਹਸਬੈਂਡ ਵਾਈਫ ਹੀ ਸਾਨੂੰ ਅੱਛੀ ਤਰ੍ਹਾਂ ਜਾਣਦੇ ਨੇ ਜਿਨ੍ਹਾਂ ਨੇ ਭੇਜਿਆ ਪਰ ਫਿਰ ਵੀ ਮੈਨੂੰ ਲੱਗਦਾ ਕਿ ਮੈਂ ਇੱਕ ਪਾਸੋਂ ਲੱਗਦਾ ਕਿ ਸਪੋਰਟ ਕਰਨਾ ਬਹੁਤ ਜ਼ਰੂਰੀ ਹੈ ਇੱਕ ਬੱਚਾ ਜਿਹਨੂੰ ਕਿ ਇੱਕ ਰਸਤਾ ਇੱਕ ਕੰਮ ਦੇਈਏ ਬਿਜ਼ੀ ਰੱਖੀਏ ਪਰ ਦੂਜਾ ਉਹ ਮੇਰਾ ਜਿਹੜਾ ਮਾਹੌਲ ਹੈ ਮੇਰੇ ਆਫਿਸ ਦਾ ਕਿਉਂਕਿ ਯੰਗਸਟਰਸ ਉਸੇ ਏਜ ਦੇ ਹੈਗੇ ਹੈ ਉਹ ਮਾਹੌਲ ਖਰਾਬ ਕਰ ਰਿਹਾ ਝੂਠ ਬੋਲਣਾ ਕੰਮ ਦੇ ਦਿੱਤਾ ਕੰਮ ਨੂੰ ਉਹ ਕਰ ਦੇਣਾ ਕਿ ਬਈ ਨਹੀਂ ਕਰੇਗਾ ਨਹੀਂ ਕਿਸੇ ਹੋਰ 'ਤੇ ਪਾ ਦੇਗਾ ਫਿਰ ਉਹਦੀ ਗਲਤੀ ਐਕਸਪਲੇਨ ਕਰੇਗਾ ਕਿ ਉਹਦੀ ਗਲਤੀ ਹੈ ਮੇਰੀ ਤਾਂ ਕੋਈ ਗਲਤੀ ਨਹੀਂ ਹੈ ਸੋ ਉਸ ਤਰ੍ਹਾਂ ਕਹਿੰਦੇ ਮੈਨੂੰ ਥੋੜ੍ਹੀ ਮੁਸ਼ਕਿਲ ਹੋ ਰਹੀ ਹੈ ਕਿ ਬਾਕੀ ਬੱਚਿਆਂ ਨੂੰ ਸਮਝਾਵਾਂ ਕਿ ਨਹੀਂ ਇਹਨੂੰ ਤਾਂ ਅਸੀਂ ਦੂਜੀ ਤਰ੍ਹਾਂ ਨਾਲ ਰੱਖਿਆ ਹੋਇਆ ਸੋ ਥੋੜ੍ਹਾ ਜਿਹਾ ਤੁਸੀਂ ਐਡਜਸਟ ਕਰੋ ਜਾਂ ਫਿਰ ਮੈਨੂੰ ਲੱਗਦਾ ਕਿ ਉਹ ਤਾਂ ਜਿਹੜਾ ਪਰਪਸ ਹੈ ਉਹ ਹੀ ਡਿਫੀਟ ਹੋ ਜਾਏਗਾ
ਸੋ ਹੈਲਪ ਮੈਂ ਕਰਨਾ ਚਾਹੁੰਦੀ ਹਾਂ ਇਸ ਫੈਮਿਲੀ ਦੀ, ਇਸ ਬੱਚੇ ਦੀ, ਪਰ ਉਹ ਮੇਰਾ ਹੀ ਇੱਕ ਕੰਪਰੋਮਾਈਜ਼ ਹੋ ਰਿਹਾ ਕਿ ਹਾਂ ਮੇਰਾ ਕੰਮ ਦਾ ਹਰਜ਼ਾ ਹੋ ਸਕਦਾ ਹੈ, ਮੇਰੇ ਅੱਛਾ ਸਟਾਫ ਮੇਰਾ ਔਖਾ ਹੋ ਜਾਏਗਾ ਅਤੇ ਹੋ ਸਕਦਾ ਛੋੜ ਕੇ ਚਲਾ ਜਾਏ ਜਿਹੜੇ ਅੱਛੇ ਬੱਚੇ ਹੈ। ਉਹਨਾਂ ਨੂੰ ਲੱਗੇਗਾ ਕਿ ਯੂ ਨੋ ਅਸੀਂ ਕੋਈ ਚੀਜ਼ ਗਲਤ ਕਰਦੇ ਹਾਂ ਅਤੇ ਇੱਕ ਟੀਮ ਜੀ ਦੀ, ਕਿਉਂਕਿ ਉਹ ਨਹੀਂ ਪਲੇ ਕਰਦਾ, ਆਪ ਕੁਛ ਕਰੇਗਾ ਦੂਜਿਆਂ ਦੇ ਪਾਦੇਗਾ, ਦੂਜਿਆਂ ਨੂੰ ਬੜਾ ਐਕਸਪਲੇਨ ਕਰਨਾ ਪਏਗਾ ਕਿ ਨਹੀਂ ਮੈਂ ਇੰਝ ਤਾਂ ਕੀਤਾ ਸੀ। ਸੋ ਇੱਕ ਅਜੀਬ ਜਿਹਾ ਮਾਹੌਲ ਜਿਹੜਾ ਕ੍ਰੀਏਟ ਹੋ ਰਿਹਾ। ਕਹਿੰਦੇ ਸਮਝ ਨਹੀਂ ਆਉਂਦੀ, ਉਹਨਾਂ ਨੂੰ ਸਿੱਧਾ ਸਿੱਧਾ ਕਹਿ ਦਾਂ ਕਿ ਮੈਂ ਨਹੀਂ ਰੱਖ ਸਕਦੀ, ਪਰ ਦੂਜੇ ਪਾਸੇ ਆਪਣੇ ਮਨ ਨੂੰ ਆਉਂਦਾ ਕਿ ਨਹੀਂ ਉਸ ਬੱਚੇ ਦੀ ਹੈਲਪ ਕਰਨੀ ਵੀ ਜ਼ਰੂਰੀ ਹੈ। ਅੱਜ ਮੈਂ ਇਹ ਕਹਿ ਦਾਂ ਕੱਲ੍ਹ ਉਹ ਬੱਚਾ ਜ਼ਿਆਦਾ ਵਿਗੜ ਜਾਏ ਅਤੇ ਮੈਨੂੰ ਬਹੁਤ ਬੁਰਾ ਲੱਗੇਗਾ, ਸੋ ਪਲੀਜ਼ ਮੈਨੂੰ ਗਾਈਡ ਕਰੋ। ਕਹਿੰਦੇ ਨੇ ਕਿ ਮੈਂ ਕਿਸ ਤਰ੍ਹਾਂ ਉਹਦੀ ਹੈਲਪ ਵੀ ਕਰਾਂ ਪਰ ਮੈਂ ਆਪਣੇ ਆਫਿਸ ਦਾ ਮਾਹੌਲ ਨਾ ਖਰਾਬ ਹੋਣ ਦਾ, ਇਹ ਬੜਾ ਮੁਸ਼ਕਿਲ ਹੋਇਆ ਹੋਇਆ। ਮੇਨ ਇਹੀ ਚੀਜ਼ ਹੋਈ ਹੋਈ ਹੈ ਕਿ ਉਹਨੂੰ ਦੇਖਾ ਦੇਖੀ ਬਾਕੀ ਜਿਹੜੇ ਬੱਚੇ ਆਉਂਦੇ ਹੈ ਮੇਰੇ ਕੋਲ, ਯੂ ਨੋ ਸਕੂਲ ਨੇੜੇ ਸਕੂਲ ਦੇ ਵੱਲੋਂ ਸਾਡਾ ਅਰੇਂਜਮੈਂਟ ਹੈਗਾ ਕਿ ਉਹ ਬੱਚੇ ਆਉਂਦੇ ਹੈ, ਸੋ ਕੋਈ ਤਿੰਨ ਤਿੰਨ ਮਹੀਨੇ ਵਾਸਤੇ ਆਉਂਦਾ ਹੈ, ਫਿਰ ਉਹ ਲੰਬਾ ਚਲਾ ਜਾਂਦਾ, ਪਰ ਜਿਹੜੇ ਜਿਹੜੇ ਟਰਨ ਓਵਰ ਹੈ ਕਿ ਨਵੇਂ ਵੀ ਆਉਂਦੇ ਰਹਿੰਦੇ ਹੈ, ਸੋ ਉਹ ਦੇਖਣਗੇ ਕਿ ਇਹ ਸਾਰਾ ਕੁਛ ਠੀਕ ਹੈ ਅਤੇ ਉਹ ਤਾਂ ਮੇਰਾ ਤਾਂ ਕੰਮ ਖਰਾਬ ਹੋਏਗਾ। ਸੋ ਪਲੀਜ਼ ਮੈਨੂੰ ਦੱਸੋ ਕਿ ਸਪੋਰਟ ਕਰਨਾ ਚਾਹੁੰਦੇ ਹਾਂ ਪਰ ਕਿਸ ਤਰ੍ਹਾਂ। ਆਈ ਨੋ ਇਟਸ ਅ ਵੈਰੀ ਗੁੱਡ ਕੁਐਸਚਨ, ਮੈਨੂੰ ਲੱਗਦਾ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਯੂ ਨੋ ਇੱਕ ਲਾਈਫ ਦੇ ਵਿੱਚ ਕਈ ਵਾਰੀ ਗਲਤ ਪਾਸਾ ਜਾਂ ਗਲਤ ਕੰਪਨੀ ਜਾਂ ਕੋਈ ਐਸੇ ਟਾਈਮ ਜਿਹਦੇ 'ਚ ਤੁਹਾਨੂੰ ਲੱਗਦਾ ਹੈ ਕਿ ਚੁੱਕ ਗਏ ਅਤੇ ਚੁੱਕ ਗਏ, ਪਰ ਉੱਥੇ ਕੋਈ ਸੰਭਾਲਣ ਵਾਲਾ ਮਿਲ ਗਿਆ, ਕੋਈ ਸਪੋਰਟ ਕਰਨ ਵਾਲਾ ਮਿਲ ਗਿਆ, ਕੋਈ ਅਡਲਟ ਜਿਹੜਾ ਤੁਹਾਨੂੰ ਸਮਝਦਾ ਹੈ। ਅਸੀਂ ਬਹੁਤ ਇਨਕਰੇਜ ਕਰਦੇ ਹਾਂ ਕਿ ਐਸਾ ਕੁਛ ਹੋਣਾ ਚਾਹੀਦਾ। ਆਈ ਮੀਨ ਸਾਰਾ ਕੁਛ ਪੇਰੈਂਟਸ ਹੀ ਨਹੀਂ, ਕਈ ਵਾਰੀ ਪੇਰੈਂਟਸ ਨੂੰ ਉਹ ਚੀਜ਼ ਪਤਾ ਹੀ ਨਹੀਂ ਲੱਗਦੀ, ਬਾਹਰਲਿਆਂ ਨੂੰ ਪਤਾ ਹੁੰਦੀ ਹੈ ਅਤੇ ਉਹਨੂੰ ਪੂਰਾ ਬਣਦਾ ਕਿ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਕਿਡ। ਸੋ ਇੱਕ ਅੱਛੀ ਪਰਵਰਿਸ਼ ਵਾਸਤੇ ਲੋੜ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਬੱਚਿਆਂ ਦੀ ਯੂ ਨੋ ਉਹਨਾਂ ਦੇ ਬੈਸਟ ਵਾਸਤੇ ਕਰੀਏ, ਪਰ ਐਸੇ ਹਾਲ ਦੇ ਵਿੱਚ ਇੱਕ ਡਿਲੈਮਾ ਜਿਹਾ ਹੈਗਾ ਕਿ ਯੂ ਨੋ ਆਪਣੇ ਕੰਮ ਦਾ ਹਰਜ਼ਾ ਕਰੀਏ, ਮਾਹੌਲ ਦਾ ਹਰਜ਼ਾ ਕਰੀਏ, ਉਸ ਦਾ ਸਟ੍ਰੈਸ ਲਈਏ ਕਿ ਯੂ ਨੋ ਇੱਕ ਮੈਨੇਜ ਕਰਨਾ ਬੱਚਿਆਂ ਨੂੰ ਔਰ ਸਟਾਫ ਨੂੰ ਉਸ ਬੱਚੇ ਕਰਕੇ ਜ਼ਿਆਦਾ ਔਖਾ ਹੋਇਆ ਹੋਇਆ ਹੈ ਕਿਉਂਕਿ ਬਾਕੀ ਸਾਰਿਆਂ ਨੂੰ ਐਕਸਪਲੇਨ ਕਰਨਾ ਪੈ ਰਿਹਾ। ਐਂਡ ਦੂਜੇ ਪਾਸੇ ਕਿ ਸਿੰਪਲ ਤਾਂ ਹੈਗਾ ਕਿ ਹਾਂਜੀ ਕਹਿ ਦਿਓ ਆਪਣਾ ਲੈ ਜਾਓ ਮੇਰੇ ਤੋਂ ਨਹੀਂ ਹੋ ਰਿਹਾ, ਬਟ ਉਹ ਸ਼ਾਇਦ ਨਹੀਂ ਠੀਕ ਹੋਏਗਾ। ਔਰ ਉਹਨਾਂ ਨੇ ਦੇਖ ਵੀ ਲਿਆ ਕਿ ਇੱਕ ਹਫ਼ਤੇ ਦੇ ਵਿੱਚ ਉਹਦੇ 'ਚ ਪੋਟੈਂਸ਼ੀਅਲ ਹੈਗਾ ਬੱਚੇ 'ਚ, ਉਹ ਕਰ ਸਕਦਾ, ਬਟ ਦੇ ਆਰ ਸਰਟਨ ਰੀਜ਼ਨਸ ਜਿਹਦੇ ਕਰਕੇ ਉਹ ਨਹੀਂ ਸਹੀ ਕਰ ਰਿਹਾ। ਸੋ ਪਲੀਜ਼ ਇਹਨਾਂ ਨੂੰ ਜ਼ਰੂਰ ਦੱਸੋ, ਕਾਲ ਕਰੋ ਔਰ ਦੱਸੋ ਕਿ ਕੀ ਕਹਿੰਦੇ ਹੋ। ਇੰਝ ਕਰਦੀ ਹਾਂ ਛੋਟੀ ਜਿਹੀ ਇੱਕ ਬ੍ਰੇਕ ਲੈ ਲੈਂਦੀ ਹਾਂ, ਆਪਣੇ ਸਪੋਂਸਰਸ ਨੂੰ ਯਾਦ ਕਰਦੀ ਹਾਂ, ਐਂਡ ਤੁਸੀਂ ਸੋਚ ਕੇ ਰੱਖੋ ਕਿ ਤੁਸੀਂ ਕੀ ਕਹਿਣਾ ਇਹਨਾਂ ਨੂੰ, ਔਰ ਜ਼ਰੂਰ ਕਾਲ ਮੀ। ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਕੀ ਕਰਨਾ ਚਾਹੀਦਾ ਐਸੇ ਟਾਈਮ 'ਤੇ, ਬਿਕੋਜ਼ ਇੰਟੈਂਸ਼ਨਸ ਆਰ ਡੈਫੀਨੇਟਲੀ ਗੁੱਡ, ਬਟ ਹੁਣ ਇੱਕ ਇਹ ਸੰਕਟ ਆਇਆ ਹੋਇਆ ਕਿ ਆਪਣਾ ਸਟ੍ਰੈਸ ਵੱਧ ਰਿਹਾ ਉਸ ਚੀਜ਼ ਕਰਕੇ। ਸੋ ਕੀ ਕਹਿੰਦੇ ਹੋ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਭੈਣ ਜੀ? ਹਾਂਜੀ, ਕੌਣ ਬੋਲ ਰਹੇ ਹੋ? ਮੈਂ ਡੈਨਾ ਲੱਜਾਵੰਤੀ ਬੋਲਦੀ ਹਾਂ। ਹਾਂਜੀ ਹਾਂਜੀ, ਸਵਾਗਤ ਹੈ, ਦੱਸੋ ਬੱਚੇ ਦੀ ਉਮਰ ਕੀ ਆ? 16 ਸਾਲ ਦਾ, 11ਵੀਂ ਦਾ ਬੱਚਾ, ਹਾਈ ਸਕੂਲ ਦਾ ਨਾ? ਹਾਂਜੀ, 16 17 ਸਾਲ। ਤੇ ਮੰਮੀ ਡੈਡੀ ਉਹਦੇ ਪੜੇ ਪੁੜੇ ਨਹੀਂ ਹੈਗੇ? ਹਾਂਜੀ ਪੜੇ ਹੋਏ ਨੇ, ਕੋਈ ਪ੍ਰੋਬਲਮ ਨਹੀਂ ਹੈ। ਤੇ ਘਰ ਬੈਠ ਕੇ ਉਹਨੂੰ ਪੜਾਉਣ, ਉਹਨੂੰ ਕਰਵਾਉਣ, ਉੱਥੇ ਵੀ ਭੇਜਣ ਘਰ ਹੀ ਪੜਾਉਣ, ਕਿਉਂ ਬੱਚਿਆਂ ਦਾ ਮਾਹੌਲ ਵੀ ਬਾਕੀਆਂ ਦਾ ਖਰਾਬ ਹੁੰਦਾ ਨਾ, ਜੇ ਉਹ ਮਾਹੌਲ ਹੈ ਉਹਨਾਂ ਦਾ ਮਾਹੌਲ ਵੀ ਖਰਾਬ ਹੁੰਦਾ ਆ। ਤੇ ਵੈਸੇ ਮਾਂ ਬਾਪ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ, ਤੇ ਚਲੋ ਉੱਥੇ ਤਾਂ ਜਿਹੜੀ ਹੁੰਦੀ ਹੁੰਦੀ ਆ, ਮਾਂ ਬਾਪ ਨੂੰ ਵੀ ਕਰਨੀ ਚਾਹੀਦੀ ਆ, ਹੈ ਕਿ ਨਹੀਂ? ਬਿਲਕੁਲ ਕਰਦੇ ਹੋਣੇ ਜੀ, ਕਰਦੇ ਤਾਂ ਹੋਣਗੇ, ਪਰ ਫਿਰ ਵੀ ਕਿਸੇ ਹੋਰ ਵਾਸਤੇ ਨਾ, ਮਤਲਬ ਇੱਧਰ ਵੀ ਪੜ੍ਹਾਈ ਚੱਲਣ ਜਿੱਥੇ ਰੱਖਿਆ ਹੁਣ, ਟਿਊਸ਼ਨ ਤੇ ਵੀ ਲਾ ਦੇਣ, ਬੱਚੇ ਦਾ ਮਾਹੌਲ ਸਹੀ ਹੋ ਜੂ। ਜਿਹੜਾ ਕੱਲਾ ਟਿਊਸ਼ਨ ਪੜੂਗਾ ਨਾ, ਬੱਚੇ ਦਾ ਮਾਹੌਲ ਬਹੁਤ ਸਹੀ ਹੋ ਜਾਂਦਾ ਆ। ਠੀਕ ਹੈ, ਹਾਂਜੀ ਠੀਕ ਹੈ, ਮੇਰਾ ਕਹਿਣਾ ਤਾਂ ਇਹ ਆ। ਠੀਕ ਹੈ ਜੀ, ਬਹੁਤ ਵਧੀਆ, ਇਸੇ ਤਰ੍ਹਾਂ ਕਾਲ ਕਰੋ। ਹੈਲੋ, ਮੈਂ ਵੀ ਬਹੁਤ ਮਿਸ ਕਰਦੀ ਹਾਂ। ਮੈਂ ਅੱਜ ਪਤਾ, ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਸੀ ਸਵੇਰ ਦੀ ਬੈਠੀ ਹਾਂ,
ਕਦੋਂ ਟਾਈਮ ਹੋਵੇ ਤਾਂ ਪ੍ਰੋਗਰਾਮ ਆਵੇ, ਬਹੁਤ ਸੋਹਣੇ ਲੱਗ ਰਹੇ ਹੋ। ਹਾਂਜੀ, ਪਹਿਲਾਂ ਗੱਲ ਇਹ ਆ ਕਿ ਦੇਖੋ ਜਿਹੜਾ ਇਹ ਬੱਚਾ ਹੈ ਨਾ ਯੰਗ ਆ, ਹਾਂਜੀ ਬਿਲਕੁਲ, ਇਸ ਏਜ ਦੇ ਵਿੱਚ ਨਾ ਬੱਚਿਆਂ ਨੂੰ ਨਾ ਸਾਰਾ ਆਪਣਾ ਆਪ ਦਾ ਪਤਾ ਹੁੰਦਾ। ਇੱਥੇ ਜਿਹੜੀ ਮੈਨੂੰ ਆਪਣੇ ਆਪ ਨੂੰ ਫੀਲਿੰਗ ਆ ਰਹੀ ਆ ਕਿ ਇਹਦੇ ਵਿੱਚ ਨਾ ਪੇਰੈਂਟਸ ਦੀ ਤਾਂ ਬੱਚਿਆਂ ਦੀ ਨਾ ਐਵਰੀਡੇ ਕਮਿਊਨੀਕੇਸ਼ਨ ਨਹੀਂ ਹੁੰਦੀ, ਕਿਉਂਕਿ ਕਈ ਆਪਣੇ ਬੱਚਿਆਂ ਨੂੰ ਨਾ ਟਾਈਮ ਨਹੀਂ ਦਿੰਦੇ ਹੈਗੇ, ਤੇ ਇੱਥੋਂ ਫਿਰ ਨਾ ਆਪਣਾ ਬੱਚੇ ਨਾ ਬਾਹਰ ਹੋ ਜਾਂਦੇ ਆ। ਠੀਕ ਹੈ ਜੱਸੀ ਜੀ, ਪਰ ਪੇਰੈਂਟਸ ਹੁਣ ਉਹਨਾਂ ਨੇ ਵੀ ਜੋਬਸ ਵੀ ਕਰਨੀਆਂ ਹੈ, ਸਕੂਲ ਵੀ ਭੇਜਣਾ ਹੈ, ਫਿਰ ਕਿਸੇ ਅਡਲਟ, ਕਈ ਵਾਰੀ ਪੇਰੈਂਟਸ ਤੋਂ ਚੋਰੀ ਬੱਚੇ ਨਹੀਂ ਪੂਰਾ ਕਰਦੇ, ਪਰ ਕੋਈ ਅਗਰ ਨੇਬਰ ਹੈ, ਦੋਸਤ ਹੈ, ਮਿੱਤਰ ਹੈ ਜਿਹੜਾ ਗੁੱਡ ਇੰਟੈਂਸ਼ਨ ਨਾਲ ਹੈ, ਉਹ ਵੀ ਇੱਕ ਅਡਲਟ ਬਣਦਾ ਹੈ ਤੁਹਾਡੀ ਜ਼ਿੰਦਗੀ 'ਚ, ਤੇ ਆਈ ਥਿੰਕ ਇਟਸ ਅ ਗੁੱਡ ਥਿੰਗ। ਹਾਂਜੀ, ਨਹੀਂ ਉਹ ਬਹੁਤ ਅੱਛੀ ਗੱਲ ਹੈ, ਪਰ ਜਿਹਨਾਂ ਨੇ ਇਹਨਾਂ ਨੂੰ ਨਾ ਬੱਚੇ ਨੂੰ ਨਾ ਜੋਬ 'ਤੇ ਰੱਖਿਆ ਨਾ, ਹਾਂਜੀ, ਅਤੇ ਜੇ ਮੈਂ ਇਹਨਾਂ ਦੀ ਜਗ੍ਹਾ 'ਤੇ ਹੋਵਾਂ ਤਾਂ ਮੈਂ ਕੀ ਕਰਾਂ ਕਿ ਇਸ ਬੱਚੇ ਨੂੰ ਨਾ ਇਹਦਾ ਕੰਮ ਦੇਵਾਂ ਕਿ ਬੇਟਾ ਨੰਬਰ 1 ਇਹਦੇ ਨਾਲ ਇਕੱਲੇ ਨਾਲ ਗੱਲ ਕਰਾਂ, ਬੇਟਾ ਆਈ ਲਾਈਕ ਯੂ ਵਰਕਿੰਗ ਫੋਰ ਮੀ, ਰਾਈਟ, ਅਤੇ ਬਈ ਮੈਨੂੰ ਕੋਈ ਵੀ, ਸਾਰੇ ਬੱਚੇ ਤੇਰੇ ਵਰਗੇ ਆ, ਸਾਰੇ ਤੇਰੇ ਬੱਚੇ ਕੰਮ ਕਰਦੇ ਆ, ਅਤੇ ਆਈ ਡੋਂਟ ਵਾਂਟ ਟੂ ਹੀਅਰ ਐਨੀ ਕੰਪਲੇਨ, ਅਤੇ ਪੀਰੀਅਡ, ਨੋ ਪੁਆਇੰਟ, ਨੋ ਲਾਈਕ ਇਸ। ਨੰਬਰ 2, ਉਹਨੂੰ ਅਲੱਗ ਨਾਲ ਟ੍ਰੇਨਿੰਗ ਦੇਣ ਕਿ ਮੈਨੂੰ ਇਹ ਕੰਮ ਤੇਰੇ ਕੋਲੋਂ ਚਾਹੀਦਾ ਜੀ ਜੀ, ਤੇ ਉਹਦੇ ਨਾਲ ਇਕੱਲੇ ਨਾਲ ਗੱਲ ਕਰਨ, ਤੇ ਇਕੱਲੇ ਨਾਲ ਗੱਲ ਕਰਨ ਵੀ, ਜਿਸ ਤਰ੍ਹਾਂ ਜੇ ਕੋਈ ਤੇਰੀ ਕੋਈ ਪ੍ਰੋਬਲਮ ਹੈ, ਯੂ ਕੈਨ ਸ਼ੇਅਰ ਵਿਦ ਮੀ, ਇਜ਼ ਨਾਟ ਐਨੀ ਪ੍ਰੋਬਲਮ। ਤੇ ਕਿਉਂਕਿ ਬੱਚਿਆਂ ਨੂੰ ਨਾ, ਮੈਂ ਤਾਂ ਆਪਣਾ ਘਰ ਦਾ ਐਕਸਪੀਰੀਅੰਸ ਦੱਸਦੀ ਹਾਂ, ਅਸੀਂ ਐਵਰੀ ਡੇ ਰਾਤ ਨੂੰ ਸਾਰੇ ਇਕੱਠੇ ਬੈਠਦੇ ਹਾਂ, ਇੱਕ ਦੂਜੇ ਨੂੰ ਪੁੱਛਦੇ ਹਾਂ ਕਿਸ ਤਰ੍ਹਾਂ ਰਿਹਾ ਤੇਰਾ ਟਾਈਮ, ਕਿਸ ਤਰ੍ਹਾਂ ਰਿਹਾ ਤੇਰਾ ਦਿਨ, ਬੱਚੇ ਮੈਨੂੰ ਪੁੱਛਦੇ ਆ ਮੰਮਾ ਕਿਸ ਤਰ੍ਹਾਂ ਰਿਹਾ ਦਿਨ ਤੁਹਾਡਾ, ਕਿਸ ਤਰ੍ਹਾਂ ਠੀਕ ਸੀ ਸਾਰਾ ਕੁਛ। ਮੈਂ ਇਹ ਹੀ ਕਹਿੰਦੀ ਹਾਂ ਕਿ ਸਭ ਤੋਂ ਵੱਡੀ ਸਾਡੀ ਪ੍ਰੋਪਰਟੀ ਇਹ ਬੱਚੇ ਆ, ਮੇਨ ਗੱਲ ਇਹ ਆ ਕਿ ਅਸੀਂ ਇਸ ਇਹਨਾਂ ਬੱਚਿਆਂ ਨੂੰ ਇੱਥੇ ਸਾਂਭ ਲਿਆ ਨਾ, ਤੇ ਸਾਨੂੰ ਹੋਰ ਕੋਈ ਸਾਂਭਣ ਦੀ ਜ਼ਰੂਰਤ ਨਹੀਂ ਹੈਗੀ ਜੀ। ਬਹੁਤ ਵਧੀਆ ਜੱਸੀ ਜੀ, ਬੜੀ ਅੱਛੀ, ਜੋਬ ਵੀ ਕਰਦੇ ਆ, ਜੋਬ ਵੀ ਕਰਦੇ ਆ, ਹਰ ਏਜ ਦੇ ਬੱਚੇ ਵੀ ਹੈਗੇ ਆ, ਤੇ ਲੇਕਿਨ ਇਸ ਬੱਚੇ ਦਾ ਜਿਹੜਾ ਫਿਊਚਰ ਆ ਨਾ, ਪੇਰੈਂਟਸ ਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ, ਜਿੰਨਾ ਹੋ ਸਕੇ ਇਸ ਬੱਚੇ ਨਾਲ ਪਿਆਰ ਕਰਨ, ਠੀਕ ਹੈ, ਇਸ ਬੱਚੇ ਨਾਲ ਪਿਆਰ ਕਰਨ, ਇਹਨੂੰ ਹੋਰ ਅਟੈਂਸ਼ਨ ਦੇਣ, ਕਿਉਂਕਿ ਜਿਹੜਾ ਆਪਣੇ ਘਰ ਦੇ ਵਿੱਚ ਅਸੀਂ ਆਪਣੇ ਬੱਚੇ ਨੂੰ ਆਪ ਸਮਝਾ ਸਕਦੇ ਹਾਂ ਨਾ, ਦੂਜਾ ਕੋਈ ਨਹੀਂ ਸਮਝਾ ਸਕਦਾ, ਤੇ ਜੇ ਅਸੀਂ ਦੂਸਰੇ ਤੇ ਗੱਲ ਛੱਡ ਦਈਏ ਨਾ, ਤੇ ਫਿਰ ਬੰਦਾ, ਉਹ ਬੱਚਾ ਸੋਚਦਾ ਹੈ ਕਿ ਮੇਰੇ 'ਚ ਕੀ ਕਮੀ ਆ, ਮੇਰੇ ਪੇਰੈਂਟਸ ਨੇ ਦੂਸਰੇ ਨੂੰ ਮੈਨੂੰ ਸਮਝਾਉਣ ਵਾਸਤੇ ਭੇਜਿਆ। ਜਸੀ ਜੀ, ਪਰ ਉਹ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਛੋੜਤਾ, ਇੱਕ ਹੱਲ ਲੱਭਿਆ ਉਹਦਾ ਕਿ ਥੋੜੇ ਘੰਟੇ ਇਹਦੇ ਇਸ ਤਰ੍ਹਾਂ ਜਿਵੇਂ ਇਹਨੂੰ ਬਿਜ਼ੀ ਰੱਖਿਆ ਜਾਏ ਦੋਸਤ ਮਿੱਤਰ ਮਿਲ ਕੇ। ਔਰ ਜਿਸ ਤਰ੍ਹਾਂ ਤੁਸੀਂ ਪਹਿਲੇ ਕਹਿ ਰਹੇ ਹੋ ਕਿ ਤੁਸੀਂ ਇਹ ਜਿਹੜੀ ਜਿਹਨਾਂ ਨੇ ਸਾਨੂੰ ਪੁੱਛਿਆ ਸਵਾਲ ਉਹਦਾ ਹੀ ਜਗ੍ਹਾ ਤੁਸੀਂ ਹੋਵੋ, ਅਤੇ ਤੁਸੀਂ ਬੱਚੇ ਨਾਲ ਕਿਸ ਤਰ੍ਹਾਂ ਡੀਲ ਕਰੋ, ਕਿਉਂਕਿ ਕੋਈ ਵੀ ਇੰਪਲੋਈਜ਼ ਨਾਲ ਡੀਲ ਕਰਨਾ, ਆਪਸ 'ਚ ਉਹਨਾਂ ਦੀ ਗੜਬੜ ਹੋ ਰਹੀ ਹੈ, ਇੱਕ ਇਹ ਵੀ ਇੱਕ ਆਰਟ ਹੈ, ਆਰਟ ਐਂਡ ਸਾਇੰਸ ਦੋਨੋਂ ਹੀ ਹੈ। ਜਦੋਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤਾਂ ਬੜੇ ਸਾਰੇ ਤੁਸੀਂ ਆਪਸ ਵਿੱਚ ਕਿਸੇ ਬੰਦੇ ਨੂੰ ਕਿੱਥੇ ਰੱਖਣਾ ਹੈ, ਉਹਦਾ ਕੀ ਪੋਟੈਂਸ਼ੀਅਲ ਹੈ, ਉਹ ਦੇਖਣਾ ਪੈਂਦਾ ਉਸ ਬੱਚੇ ਨੂੰ। ਪਹਿਲੀ ਗੱਲ ਤਾਂ ਉਹਨੂੰ ਇਹ ਕਹੋ ਕਿ ਵੀ ਮੇਰੇ ਕੋਲ ਆਈ ਡੋਂਟ ਵਾਂਟ ਟੂ ਹੀਅਰ ਐਨੀ ਕੰਪਲੇਨ, ਰਾਈਟ, ਨੋ ਦੈਟਸ ਅ ਗੁੱਡ ਆਈਡੀਆ। ਤੇ ਉਹਨੂੰ ਥੋੜੀ ਦੇਰ ਦੀ ਟ੍ਰੇਨਿੰਗ ਦੇਣ ਜੀ, ਬਹੁਤ ਵਧੀਆ, ਯੂ ਆਰ ਅੰਡਰ ਟ੍ਰੇਨਿੰਗ। ਤੇ ਜਿਹੜੇ ਬੰਦੇ ਦੀ ਉਹ ਕੰਪਲੇਨ ਕਰਦਾ ਆ ਹਨਾ, ਉਸੇ ਕੋਲੋਂ ਹੀ ਉਹਨੂੰ ਟ੍ਰੇਨਿੰਗ ਦਵਾਓ, ਠੀਕ ਹੈ, ਯੂ ਨੋ, ਬਿਕੋਜ਼ ਇਟਸ ਲਾਈਕ ਇਟਸ ਬਾਈ ਮੇਕਿੰਗ ਦਾ ਮਿਸਟੇਕਸ ਇਸ ਮੋਰ ਲਰਨਿੰਗ। ਨਹੀਂ ਨਾਲੇ ਉਸ ਦੇ ਬਾਰੇ ਰਿਸਪੈਕਟ ਇੱਕ ਕਰਨੀ ਪਏਗੀ, ਰਿਸਪੈਕਟ ਹੋਏਗੀ, ਔਰ ਉਸ ਬੱਚੇ ਨੂੰ ਅਲੱਗ ਨਾਲ ਜਦੋਂ ਜਾਣ ਲੱਗਦਾ ਘਰ, ਉਸ ਬੱਚੇ ਨੂੰ ਜੋ ਵੀ ਮਤਲਬ ਓਨਰ ਹੀ ਸਮਝ ਲਓ ਬਿਜ਼ਨਸ ਦਾ, ਕਿਸੇ ਤਰ੍ਹਾਂ ਦਾ ਬਿਜ਼ਨਸ ਹੋਵੇ, ਉਹਨੂੰ ਪੁੱਛੇ ਬੇਟਾ ਅੱਜ ਤੇਰਾ ਦਿਨ ਕਿਸ ਤਰ੍ਹਾਂ ਰਿਹਾ, ਬਟ ਯੂ ਲਰਨ, ਕੁਡ ਯੂ ਟੈਲ ਮੀ ਸਮਥਿੰਗ। ਉਸ ਬੱਚੇ ਨੂੰ ਥੋੜੀ ਜਿਹੀ ਅਟੈਂਸ਼ਨ ਦੀ ਲੋੜ ਆ, ਹੋਰ ਕੁਝ ਨਹੀਂ ਹੈਗੀ। ਕਈ ਵਾਰੀ ਦੀਦੀ ਅਸੀਂ ਆਪਣੇ ਘਰਾਂ ਦੇ ਵਿੱਚ ਇੰਨੇ ਬਿਜ਼ੀ ਹੋ ਜਾਂਦੇ ਆ ਨਾ, ਕਿ ਅਸੀਂ ਸੋਚਦੇ ਆ ਕਿ ਸਾਡੀ ਲਾਈਫ, ਕੰਮ ਕਰਨਾ, ਬਿੱਲ ਪੇ ਕਰਨਾ, ਇਸ ਮੋਰ ਸਟ੍ਰੈਸਫੁਲ, ਯੂ ਨੋ, ਇਸ ਸਿਰਫ ਆਪਾਂ ਆਪਣੇ ਆਪ ਨੂੰ ਲਿਵ ਇਨ ਦਾ ਪ੍ਰੈਜ਼ੈਂਟ, ਜੇ ਅਸੀਂ ਕੰਮ ਨਾ ਕਰਾਂਗੇ ਵੀ ਇਸ ਕੰਟਰੀ ਦੇ ਵਿੱਚ ਬਿੱਲ ਪੇ ਹੋ ਜਾਣੇ ਆ, ਬਹੁਤ ਸਾਧਨ ਆ ਸਾਡੇ ਕੋਲ, ਅਸੀਂ ਇਹਨੂੰ ਸਟ੍ਰੈਸ ਦੇ ਵਿੱਚ ਨਾ ਚੇਂਜ ਕਰੀਏ, ਜਸਟ ਸਿਰਫ ਇਹ ਸੋਚੀਏ ਕਿ ਅਸੀਂ ਆਪਣੀ ਲਾਈਫ ਨੂੰ ਚੰਗੀ ਕਿਸ ਤਰ੍ਹਾਂ ਕਰਨਾ,
वाहेगुरु ने सानू एहो जी कंट्री विच लिया के दिता कि असी इत्थे अपनी मेहनत भी कर सकते हाँ, असी अपनी जे घर दे विच रोटी नहीं भी बनी तो बच्चे इत्थे ब्रैड खा के भी अपना ढिड भर लेंदे आ, कि बच्चियां नू सिर्फ आपां टाइम देईए, बहुत वधिया बच्चियां नाल कम्यूनीकेशन करिए, ते बच्चा यह कोई एड्डी वड्डी गल नहीं हैगी, 11th ग्रेड दे विच आ, इहनू हाई स्कूल कराओ, इहनू इहनू पुछो कि बेटा तू किधर जाना चाहुंदा, मैं तुहानू माड़ी जी गल अपनी दस्सदी आ बेटे दी जोवन दी, ते ओह हुण हाई स्कूल च गया, ओह कहिंदा कि मम्मा इस आई वांट टू टेक द उहने आह जिहड़ा साइन लैंग्वेज आ, ओके, कहिंदा मम्मा मैं साइन लैंग्वेज लैणी आ, मैं कहा बेटा वट एवर यू लाइक इट यू टेक इट, ਬਹੁਤ ਵਧੀਆ। ਸੋ ਉਹਨੂੰ ਰੀਜ਼ਨ ਮੈਂ ਜ਼ਰੂਰ ਪੁੱਛਿਆ ਉਹਨੂੰ, ਤੇ ਉਹ ਕਹਿੰਦਾ ਕਿ ਮੰਮਾ ਕਈ ਵਾਰੀ ਮੈਂ ਕਿਤੇ ਜਾਣਾ ਆ, ਕਿਸੇ ਨੂੰ ਸੁਣਦਾ ਨਹੀਂ, ਕੋਈ ਬੋਲਦਾ ਨਹੀਂ, ਇਸ ਆਈ ਕੈਨ ਹੈਲਪ ਦੈਮ। ਬਹੁਤ ਵਧੀਆ। ਸੋ ਉਹੀ ਦੇਖਣਾ ਪਏਗਾ ਬੱਚਾ ਕਿਸ ਤਰ੍ਹਾਂ ਦਾ ਹੈ, ਕਿਸ 'ਚ ਇੰਟਰਸਟ ਰੱਖਦਾ ਹੈ। ਥੈਂਕ ਯੂ ਸੋ ਮਚ ਜਸੀ ਜੀ, ਬਹੁਤ ਵਧੀਆ ਗੱਲ ਹੈ ਕਿ ਉਹਨੂੰ ਟ੍ਰੇਨਿੰਗ ਦਿਓ ਔਰ ਉਹਦੇ ਨਾਲ ਇੱਕ ਕੰਟੈਕਟ ਰੱਖਣਾ ਪਏਗਾ। ਡੈਫੀਨੇਟਲੀ ਮੈਂ ਐਗਰੀ ਕਰਦੀ ਹਾਂ ਇਸ ਚੀਜ਼ ਨਾਲ ਕਿ ਇੱਕ ਥੋੜ੍ਹਾ ਜਿਹਾ ਸਪੈਸ਼ਲ ਉਹਦਾ ਬੌਂਡ ਜਿਹਾ ਉਹ ਮਿਸਿੰਗ ਕਰ ਰਿਹਾ ਕਿ ਹਾਂ ਤੁਸੀਂ ਆਉਣਾ ਜਾਣਾ, ਓਕੇ ਜਾ ਰਿਹਾ ਤਾਂ ਮੈਂ ਵੱਖਰਾ ਗੱਲ ਪੁੱਛਾਂ, ਔਰ ਯੂ ਨੋ ਇੱਕ ਟ੍ਰੇਨਿੰਗ ਦੇ ਵਿੱਚ ਵੀ ਇੱਕ ਇਨਸੈਂਟਿਵਸ ਦੇ ਕੇ ਕਿ ਓਕੇ ਤੂੰ ਚੰਗਾ ਕੀਤਾ ਹੁਣ ਤੇਰਾ ਇਹ ਹੋਏਗਾ, ਭਾਵੇਂ ਤੁਹਾਡੀ ਆਪਸ ਦੀ ਡੀਲ ਉਹ ਪੈਸੇ ਪੇਰੈਂਟਸ ਨੇ ਮੰਗੇ ਆ ਨਹੀਂ ਮੰਗੇ ਉਹ ਨਹੀਂ ਗੱਲ, ਅਗਰ ਅਸੀਂ ਵਾਕਈ ਇੱਕ ਜਿੰਮਾ ਚੁੱਕਿਆ ਨਾ ਕਿ ਬੱਚੇ ਦੀ ਹੈਲਪ ਕਰਨੀ ਹੈ, ਇਸ ਕਪਲ ਦੀ ਹੈਲਪ ਕਰਨੀ ਹੈ ਜਿਹੜੇ ਕਿ ਬੱਚੇ ਨੂੰ ਬਿਜ਼ੀ ਰੱਖਣ ਵਾਸਤੇ, ਐਂਡ ਆਈ ਟੋਟਲੀ ਐਗਰੀ ਕਿ ਕੋਈ ਅਡਲਟ ਯੰਗਸਟਰਸ ਦੇ ਲਾਈਫ ਦੇ ਵਿੱਚ ਹੋਏ ਅਦਰ ਦੈਨ ਪੇਰੈਂਟਸ, ਪੇਰੈਂਟਸ ਤਾਂ ਕਰਨ ਹੀ, ਇਹ ਨਹੀਂ ਹੈ ਕਿ ਉਹ ਸਬਸਟੀਟਿਊਟ ਕਰ ਰਿਹਾ, ਇਹ ਨਹੀਂ ਹੈ ਕਿ ਪੇਰੈਂਟਸ ਦੀ ਜਗ੍ਹਾ ਉਹ ਕੰਮ ਕਰਨ, ਪੇਰੈਂਟਸ ਵੀ ਕਰਨ, ਪਰ ਇੱਕ ਹੋਰ ਅਡਲਟ ਇੱਕ ਸਮਝਦਾਰੀ ਨਾਲ ਅਗਰ ਯੂ ਨੋ ਬੱਚੇ ਦੀ ਪੂਰੀ ਧਿਆਨ ਰਹਿੰਦਾ ਹੈ ਕਿ ਹਾਂ ਤੈਨੂੰ ਕੀ ਪਸੰਦ ਹੈ, ਤੈਨੂੰ ਇਹ ਚੀਜ਼ ਆ ਰਹੀ ਹੈ, ਉਹਦਾ ਪੋਟੈਂਸ਼ੀਅਲ ਕਿਹਦੇ 'ਚ ਹੈ, ਉਹਦਾ ਐਪਟੀਟਿਊਡ ਕਿਹਦੇ 'ਚ ਹੈ, ਉਸ ਚੀਜ਼ ਨੂੰ ਦੇਖਣ ਦੇ ਵਿੱਚ ਅਗਰ ਤੁਸੀਂ ਉਹਨੂੰ ਹੈਲਪ ਕਰਦੇ ਹੋ ਤਾਂ ਡੈਫੀਨੇਟਲੀ ਬਹੁਤ ਬਹੁਤ ਵੰਡਰਸ ਹੋ ਸਕਦੇ ਹੈ, ਬਹੁਤ ਹੀ ਯੂ ਨੋ ਮੈਜਿਕ ਹੋ ਸਕਦਾ ਹੈ ਇਹਦੇ ਵਿੱਚ। ਦੇਖਦੇ ਹਾਂ ਕੌਣ ਕੀ ਕਹਿ ਰਿਹਾ। ਹੈਲੋ, ਹਾਂਜੀ ਨਮਸਕਾਰ। ਹਾਂਜੀ ਹਾਂਜੀ ਸੁਦਰਸ਼ਨ ਜੀ ਨਮਸਕਾਰ, ਕਿਆ ਕਹਿਤੇ ਹੋ ਆਪ? ਮੈਂ ਕਹਿੰਦੀ ਹਾਂ ਅਰਵਿੰਦ ਕਿ ਬੜਾ ਚੈਲੰਜਿੰਗ ਹੈ, ਉਹਨਾਂ ਨੂੰ ਗਿਵ ਅਪ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਕੋਲੋਂ ਵੀ ਇਹ ਬੱਚਾ ਹੈ। ਜੀ ਬਿਲਕੁਲ, ਇਟਸ ਅ ਵੈਰੀ ਚੈਲੰਜਿੰਗ ਜੋਬ, ਤੇ ਉਹ ਅਗਰ ਕਈ ਵਾਰੀ ਐਸਾ ਹੁੰਦਾ ਕਿ ਇਸ ਉਮਰ ਦੇ ਬੱਚੇ ਆਪਣੇ ਪੇਰੈਂਟਸ ਦੀ ਘੱਟ ਸੁਣਦੇ ਆ, ਦੂਜੇ ਦੀ ਗੱਲ ਸੁਣ ਲੈਂਦੇ, ਯੂ ਰਾਈਟ, ਯਾ ਉਸੇ ਦੀ ਉਹ ਸੁਣ ਲੈਣਗੇ ਉਹਨੂੰ, ਪਰ ਪ੍ਰੋਵਾਈਡਡ ਤੁਸੀਂ ਬਹੁਤ ਪਿਆਰ ਕਰਕੇ ਖਾਲੀ। ਹਾਂ ਹਾਂਜੀ, ਉਸ ਨੂੰ ਬਸ ਇਹ ਕਹਿ ਦੇਣ ਬੱਚੇ ਨੂੰ ਕਿ ਇੱਥੇ ਜਿਹੜਾ ਤੁਸੀਂ ਕੰਮ ਕਰਨਾ ਹੈ ਸਾਡੇ ਕੁਛ ਰੂਲਸ ਐਂਡ ਰੈਗੂਲੇਸ਼ਨ ਹੈ ਬੇਟਾ, ਤੁਸੀਂ ਇਸ ਤਰ੍ਹਾਂ ਚੱਲਣਾ, ਇਸ ਮਾਹੌਲ 'ਚ ਤੁਸੀਂ ਰਹਿਣਾ, ਉਹਨੂੰ ਥੋੜ੍ਹੀ ਜਿਹੀ ਅਟੈਂਸ਼ਨ ਹੋਰ ਦੇ ਦੇਣ, ਕੋਈ ਐਸਾ ਐਸੀ ਗੱਲ ਨਹੀਂ ਹੈ ਵੀ ਉਹ ਵਿਗੜ ਜਾਏਗਾ, ਉਹ ਧੀਰੇ 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 ਸਟੈਪ ਬਾਈ ਸਟੈਪ ਉਹ ਸੁਧਰੇਗਾ, ਔਰ ਉਹਦੇ ਪੇਰੈਂਟਸ ਵੀ ਥੋੜ੍ਹਾ ਬਹੁਤਾ ਉਹਦੇ ਵਿੱਚ ਹਿੱਸਾ ਲੈਣ, ਉਹ ਵੀ ਥੋੜ੍ਹਾ ਜਿੰਨਾ ਪੁੱਛ ਲੈਣ ਵੀ ਅੱਜ ਤੇਰਾ ਕੈਸਾ ਦਿਨ ਰਿਹਾ, ਔਰ ਬਾਕੀ ਹਰ ਰੋਜ਼ ਤੁਸੀਂ ਬਿਠਾ ਕੇ ਪੁੱਛਣਾ ਜਾਂ ਕਰਨਾ ਐਵਰੀ ਫੈਮਿਲੀ ਦੇ ਵਾਸਤੇ ਪੋਸੀਬਲ ਨਹੀਂ ਹੈ ਅਰਵਿੰਦ ਜੀ, ਕਿਸ ਵੇਲੇ ਆਉਂਦਾ ਕੋਈ ਕਿਸ ਵੇਲੇ ਆਉਂਦਾ, ਤੁਸੀਂ ਹਰ ਇੱਕ ਨੂੰ ਨਹੀਂ ਕਰ ਸਕਦੇ, ਤੇ ਇਸ ਬੱਚੇ ਨੂੰ ਇਹ ਕਿ ਉਹ ਗਿਵ ਅਪ ਨਹੀਂ ਕਰਨ, ਹੀ ਵਿਲ ਬੀ ਫਾਈਨ, ਕਿਉਂਕਿ ਇਹ ਜਿਹੜੀ ਉਮਰ ਹੈ ਬੜੀ ਹੀ ਨਾਜ਼ੁਕ ਜਿਹੀ ਹੈ, ਰਾਈਟ, ਬਹੁਤ ਨਾਜ਼ੁਕ ਜਿਹੀ ਹੈ, ਬਿਲਕੁਲ ਕਹਿ ਰਹੀ ਹਾਂ ਉਹਨੂੰ, ਉਹਨੇ ਕਹਿਣ ਕਿ ਤੂੰ ਇੱਥੇ ਕੋਈ ਸਾਡੇ ਰੂਲ ਰੈਗੂਲੇਸ਼ਨ ਹੈ ਤੇ ਤੂੰ ਉਹਨਾਂ ਦੇ ਮੁਤਾਬਕ ਚੱਲ, ਔਰ ਜਿਹੜੇ ਵੀ ਉਹਦੀ ਸ਼ਿਕਾਇਤ ਕਰਨ ਜਾਂ ਕੁਛ ਕਰੋ ਉਹਨੂੰ ਦੱਸਣ ਵੀ ਆ ਤੇਰੀ ਬੇਟਾ ਸ਼ਿਕਾਇਤ ਆਈ ਹੈ, ਐਸਾ ਨਹੀਂ ਹੋਣਾ ਚਾਹੀਦਾ, ਕੱਲ੍ਹ ਤੋਂ ਆਪਣੀ ਰਿਪੋਰਟ ਦਿਓ, ਹਫ਼ਤੇ ਦੀ ਰਿਪੋਰਟ ਦਿਓ, ਤੁਹਾਨੂੰ ਕਿਸੇ ਨੇ ਕੀ ਕਿਹਾ, ਤੁਸੀਂ ਉਹਨੂੰ ਅੱਗੋਂ ਕੀ ਕਿਹਾ, ਸੋ ਵੀ ਵਿਲ ਵਰਕ ਔਨ ਇਟ, ਰਾਈਟ, ਬਹੁਤ ਵਧੀਆ ਸੁਦਰਸ਼ਨ ਜੀ, ਸਹੀ ਹੈ, ਔਰ ਟਾਈਮ ਦੀ ਵੀ ਗੱਲ ਨਹੀਂ ਹੈ ਜਸੀ ਜੀ ਕਹਿ ਰਹੇ ਹੈ ਕਿ ਟਾਈਮ ਦੇਣਾ, ਔਰ ਜਾਂ ਕੋਈ ਕਵੇ ਕਿ ਨਹੀਂ ਉਨਾ ਟਾਈਮ ਹੋ ਸਕਦਾ, ਆਈ ਥਿੰਕ ਇੱਕ ਕੰਪਲੀਟ ਜਿਹੜਾ ਤੁਹਾਡਾ ਕਨੈਕਸ਼ਨ ਹੈ ਉਹ ਟਾਈਮ, ਅੱਜ ਕੱਲ੍ਹ ਤਾਂ ਥੈਂਕਸ ਟੂ ਦੀਸ ਫੋਨਸ ਕਿ ਤੁਸੀਂ ਟੈਕਸ ਕਰਕੇ ਹੀ ਕਿੰਨਾ ਕੁਛ ਕਰ ਸਕਦੇ ਹੋ, ਪਰ ਤੁਸੀਂ ਇੱਕ ਚੈੱਕ ਰੱਖਣਾ, ਇਹ ਬੜੀ ਡੈਲੀਕੇਟ ਏਜ ਹੈ, ਔਰ ਡੈਲੀਕੇਟ ਵੀ ਹੈ, ਖੂਬਸੂਰਤ ਵੀ ਹੈ, ਔਰ ਜਿਸ ਤਰ੍ਹਾਂ ਕਈ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ, ਕਹਿੰਦੇ ਨੇ ਇਸ ਵੇਲੇ ਹਾਰਮੋਨਸ ਨੇ ਨਾ ਦਿਮਾਗ ਨੂੰ ਹਾਈਜੈਕ ਕੀਤਾ ਹੁੰਦਾ, ਇਸ ਵੇਲੇ ਹਾਰਮੋਨਸ ਜ਼ਿਆਦਾ ਡੋਮੀਨੇਟ ਕਰ ਰਹੇ ਹੁੰਦੇ ਹੈ ਅਤੇ ਦਿਮਾਗ ਨਾਲ ਬੰਦਾ ਸੋਚ ਨਹੀਂ ਰਿਹਾ ਹੁੰਦਾ, ਦਿਮਾਗ ਬਹੁਤ ਹੈ ਇਸ ਏਜ ਦੇ ਵਿੱਚ, ਪਰ ਉਹਨੂੰ ਚੈਨਲਾਈਜ਼ ਕਰਨਾ, ਉਹਨੂੰ ਕਿਸ ਪਾਸੇ ਫਲੋ ਕਰਨਾ, ਉਹਦੇ ਵਾਸਤੇ ਕਈ ਵਾਰੀ ਅਡਲਟਸ ਦੀ ਕੰਟਰੀਬਿਊਸ਼ਨ, ਅਡਲਟਸ ਦਾ ਖੂਬ ਸਾਰਾ ਪਿਆਰ ਔਰ ਇੱਕ ਸਪੋਰਟ, ਉਹ ਜਿਵੇਂ ਪੁਰਾਣੇ 'ਚ ਅਸੀਂ ਕਹਿੰਦੇ ਸੀ ਨਾ, ਨਾਲ ਠੋਕਣਾ ਅਤੇ ਨਾਲ ਅੰਦਰ ਹੱਥ ਰੱਖ ਕੇ, ਉਹ ਵਾਲਾ ਟਾਈਮ ਹੈ। ਸੋ ਐਂਡ ਆਈ ਟੋਟਲੀ ਬਿਲੀਵ ਇਨ ਦਿਸ ਕਿ ਪੇਰੈਂਟਸ ਡੈਫੀਨੇਟਲੀ ਉਹ ਜੋ ਕਰ ਸਕਦੇ ਹਨ ਕਰੀ ਜਾਣ, ਬਟ ਇੱਕ ਹੋਰ ਫਰੈਂਡ ਦੀ ਸਹਾਇਤਾ ਲੈਣਾ, ਇਕੱਠੇ ਹੋ ਕੇ ਕਰਨਾ, ਆਈ ਥਿੰਕ ਇਟਸ ਅ ਗੁੱਡ ਥਿੰਗ, ਉਹ ਕਰਨਾ ਚਾਹੀਦਾ, ਕਿਉਂਕਿ ਇੰਨਾ ਕੁ ਵਰਥ ਹੈ, ਇਟਸ ਅ ਲੋਟ ਮੋਰ ਵਰਥ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਬੜੀਆਂ ਸਾਰੀਆਂ ਰਿਸਰਚਿਸ ਦੇ ਹਿਸਾਬ ਨਾਲ
ਬਹੁਤ ਬੱਚਾ ਇੱਕ ਅਡਲਟ ਸਪੋਰਟ ਸਪੈਸ਼ਲੀ ਇਨ ਦਿਸ ਏਜ ਟੀਨੇਜ ਬਹੁਤ ਕਾਊਂਟ ਕਰਦੀ ਹੈ ਬਹੁਤ ਜ਼ਿਆਦਾ ਕਿ ਤੁਸੀਂ ਉਹਨੂੰ ਸਪੋਰਟ ਇੱਕ ਅਡਲਟ ਅਦਰ ਦੈਨ ਪੇਰੈਂਟਸ ਕਿੰਨੇ ਕੁ ਅਡਲਟ ਹੈ ਜਿਹੜੇ ਕਿ ਤੁਹਾਡੇ 'ਤੇ ਵਿਸ਼ਵਾਸ ਕਰ ਰਹੇ ਹੈ ਤੁਹਾਡਾ ਧਿਆਨ ਰੱਖ ਰਹੇ ਹੈ ਤੁਸੀਂ ਕੀ ਕਰਦੇ ਹੋ ਦੈਟ ਸੇਵਸ ਯੂ ਅ ਲੋਟ ਫਰੋਮ ਇਹ ਪ੍ਰੂਵ ਹੋ ਚੁੱਕਾ ਕਿ ਸਮੋਕਿੰਗ ਡਰਿੰਕਿੰਗ ਯੂ ਨੋ ਅਨਪ੍ਰੋਟੈਕਟਿਡ ਸੈਕਸ ਉਹ ਸਾਰੀਆਂ ਚੀਜ਼ਾਂ ਤੋਂ ਬੱਚਾ ਬਚ ਸਕਦਾ ਹੈ ਉਹਦੇ ਬੈਡ ਇਫੈਕਟਸ ਤੋਂ ਬਚ ਸਕਦਾ ਅਗਰ ਜ਼ਿਆਦਾ ਅਡਲਟਸ ਜ਼ਿਆਦਾ ਸੈਂਸੀਬਲ ਅਡਲਟਸ ਆਰ ਕੇਅਰਿੰਗ ਫੋਰ ਅ ਚਾਈਲਡ ਸੋ ਇਸ ਯੁੱਗ ਦੇ ਵਿੱਚ ਆਈ ਨੋ ਸਾਰਿਆਂ ਨੂੰ ਸਰਵਾਈਵਲ ਦੀ ਪਈ ਹੋਈ ਹੈ ਯੂ ਨੋ ਉਹ ਅਸੀਂ ਨਹੀਂ ਕੁਛ ਕਹਿ ਸਕਦੇ ਉਹਦੇ ਬਾਰੇ ਪਰ ਸਰਵਾਈਵਲ ਤੋਂ ਬਾਅਦ ਜ਼ਿਆਦਾ ਲਾਲਚ ਦੀ ਪਈ ਹੋਈ ਹੈ ਕਿ ਹੋਰ ਕਮਾ ਲਈਏ ਕੀ ਅਸੀਂ ਆਪਣੇ ਖਰਚੇ ਇੰਨੇ ਵਧਾ ਦਿੰਦੇ ਹਾਂ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਅਗਰ ਨਹੀਂ ਵੀ ਕਰੀਏ ਨਾ ਅਸੀਂ ਉਸ 'ਤੇ ਬਲੇਮ ਨਹੀਂ ਕਰ ਸਕਦੇ ਕਿ ਪੇਰੈਂਟਸ ਯੂ ਨੋ ਕੰਮ ਕਰ ਰਹੇ ਹੈ ਛੋੜ ਕੇ ਬੱਚੇ ਵਾਸਤੇ ਬੈਠ ਜੇ ਨਹੀਂ ਉਹ ਨਹੀਂ ਹੋ ਸਕਦਾ ਜਿਹੜੇ ਘਰ ਬੈਠੇ ਹੈ ਉਹਨਾਂ ਕੋਲ ਵੀ ਇਹ ਕੰਪਲੇਂਟ ਹੋਏਗੀ ਉਹਨਾਂ ਦਾ ਵੀ ਬੱਚਾ ਇਸ ਤਰ੍ਹਾਂ ਸਿਚੁਏਸ਼ਨ 'ਚ ਹੋ ਸਕਦਾ ਜਿਹਦੇ 'ਚ ਹੋਰ ਸਾਰਿਆਂ ਦੀ ਮਦਦ ਦੀ ਲੋੜ ਹੋਏ ਸੋ ਇਟਸ ਵੈਰੀ ਇੰਪੋਰਟੈਂਟ ਕਿ ਸਾਰੇ ਮਿਲ ਕੇ ਕਿਸ ਤਰ੍ਹਾਂ ਸਪੋਰਟ ਕਰਦੇ ਹੈ ਅਡਲਟਸ ਫੋਰ ਐਨੀ ਚਾਈਲਡ ਸੋ ਇਸ ਪਿੱਛੇ ਮੈਂ ਬਾਰ ਬਾਰ ਇਹ ਚੀਜ਼ ਦੁਹਰਾ ਰਹੀ ਹਾਂ ਕਿ ਇਹ ਜੋ ਕੰਮ ਇਹ ਕਰ ਰਹੇ ਨੇ ਜਿਹੜੀ ਇਹਨਾਂ ਨੇ ਔਫਰ ਕੀਤੀ ਹੈ ਕਿ ਹਾਂ ਮੇਰੇ ਕੋਲ ਭੇਜ ਦਿਉ ਉਹ ਬਹੁਤ ਇੰਪੋਰਟੈਂਟ ਹੈ ਬੱਚੇ ਵਾਸਤੇ ਆਈ ਮੀਨ ਤੁਸੀਂ ਪੇ ਆਫ ਹੋਏਗਾ ਤੁਹਾਡਾ ਲੇਟਰ ਉਹ ਕਹਿੰਦੇ ਨਾ ਬੱਚਿਆਂ ਪਾਲਦੇ ਹਾਂ ਬਾਅਦ 'ਚ ਕਈ ਵਾਰੀ ਖੁਸ਼ੀ ਦਿੰਦੇ ਨੇ ਡੈਫੀਨੇਟਲੀ ਪੇ ਆਫ ਹੋਏਗਾ ਜਦੋਂ ਤੁਸੀਂ ਦੇਖੋਗੇ ਕਿ ਉਹ ਬੱਚਾ ਠੀਕ ਨਿਕਲ ਗਿਆ ਸੋ ਇਟ ਇਜ਼ ਵਰਥ ਐਫਰਟ ਦੈਟ ਇਜ਼ ਵਾਟ ਆਈ ਵਾਂਟ ਟੂ ਸੇ ਕਿ ਡੋਂਟ ਗਿਵ ਅਪ ਔਨ ਹਿਮ ਮਾਹੌਲ ਖਰਾਬ ਕਰ ਰਿਹਾ ਦੇਖੋ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਜਿਵੇਂ ਜਸੀ ਜੀ ਨੇ ਕਿਹਾ ਕਿ ਟ੍ਰੇਨਿੰਗ ਕਰੋ ਫਿਰ ਇਨਸੈਂਟਿਵਸ ਦਿਓ ਕਿ ਯੂ ਨੋ ਇੰਜ ਕਰਾਂਗੇ ਕਿਉਂਕਿ ਇਹ ਸਾਰੀ ਜਿਹੜੀ ਇਹ ਸਿੰਪਲ ਜਿਹੀ ਚੀਜ਼ ਹੈ ਸਾਨੂੰ ਕਹਿੰਦਿਆਂ ਵੀ ਕਈ ਵਾਰੀ ਪੇਰੈਂਟਸ ਦੇ ਆਉਂਦੇ ਆ ਕਿ ਹਾਂਜੀ ਉਹ ਗਲਤ ਕੰਪਨੀ 'ਚ ਸੀਗਾ ਫੇਲ ਹੋ ਰਿਹਾ ਸੀ ਇੱਥੇ ਕੌਣ ਫੇਲ ਹੁੰਦਾ ਜਸਟ ਬਿਕੋਜ਼ ਉਹ ਕੋਈ ਨਾ ਕੋਈ ਗਲਤ ਜਿਹੜਾ ਕਿ ਸ਼ਾਇਦ ਰੂਇਨ ਕਰ ਦੇਗਾ ਲਾਈਫ ਅਗਰ ਉਹ ਨਹੀਂ ਹਟਾਉਂਦੇ ਉਸ ਜਗ੍ਹਾ ਤੋਂ ਉਸ ਚੀਜ਼ ਤੋਂ ਸੋ ਹੀ ਮਾਈਟ ਬੀ ਇਨ ਡਰੱਗਸ ਜਿਹੜਾ ਕਿ ਇਸ ਵੇਲੇ ਇਹ ਜਿਹੜਾ ਜਿਨ੍ਹਾਂ ਨੇ ਜਿੰਮਾ ਲਿਆ ਉਹ ਹੋਰ ਥੋੜ੍ਹਾ ਕੌਨਸ਼ੀਅਸਲੀ ਉਹਨਾਂ ਨੂੰ ਉਹ ਕਰਨਾ ਪਏਗਾ ਕਿ ਕੁਛ ਜਿਹੜਾ ਹਫ਼ਤਾ ਬੜਾ ਵਧੀਆ ਰਿਹਾ ਫਿਰ ਉਹ ਹੀ ਯੂਨੋ ਕਰ ਰਿਹਾ ਕੰਪਲੇਨ ਕਰ ਰਿਹਾ ਜਾਂ ਕਿਸੇ ਨਾਲ ਐਟੀਟਿਊਡ ਦਿਖਾ ਰਿਹਾ ਉਹਦੇ 'ਚ ਉਹ ਕੋਈ ਸੀ ਇਨਫਲੂਐਂਸ ਤਾਂ ਨਹੀਂ ਹੈ ਐਂਡ ਡੈਫੀਨੇਟਲੀ ਮੈਂ ਇਹ ਵੀ ਕਹਾਂਗੀ ਕਿ ਪੇਰੈਂਟਸ ਔਰ ਇਹਨਾਂ ਦੀ ਕੋਲੈਬਰੇਸ਼ਨ ਬਹੁਤ ਓਪਨ ਚਾਹੀਦੀ ਹੈ ਕਿ ਹਾਂ ਉਹ ਦੱਸਣ ਸਾਰਾ ਕੁਛ ਵੀ ਇੰਜ ਕਰ ਰਿਹਾ ਇਟਸ ਲਾਈਕ ਅ ਪ੍ਰੋਜੈਕਟ ਤੁਸੀਂ ਆਮ ਇੰਪਲੋਈਜ਼ ਦੇ ਨਵਾਕਣ ਨਾ ਉਹਨੂੰ ਸਮਝੋ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਨੂੰ ਆਵਾਜ਼ ਨਹੀਂ ਆ ਰਹੀ ਸੋ ਪਲੀਜ਼ ਤੁਸੀਂ ਕਾਲ ਦੁਬਾਰਾ ਕਰੋ ਮੈਂ ਇਹਨਾਂ ਨੂੰ ਪੁੱਛਦੀ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਮੈਂ ਗੁਰਦੀਪ ਬੋਲਦਾ ਜੀ ਹਾਂਜੀ ਗੁਰਦੀਪ ਜੀ ਸਵਾਗਤ ਹੈ ਦੱਸੋ ਕੀ ਕਹਿੰਦੇ ਹੋ ਇਹ ਬੱਚੇ ਦੇ ਵਿੱਚ ਕੌਨਫੀਡੈਂਸ ਦੀ ਕਮੀ ਹੈ ਇਹਨੂੰ ਕੌਨਫੀਡੈਂਸ ਇਹਦੇ ਵਿੱਚ ਬਿਲਡ ਕਰਨਾ ਪਏਗਾ ਜਿਹੜਾ ਕਿ ਪੇਰੈਂਟਸ ਦਾ ਵੀ ਉਨਾ ਹੀ ਫਰਜ਼ ਆ ਤੇ ਜਿਹਨਾਂ ਨੇ ਆਪਣੇ ਕੋਲ ਇਹ ਰੱਖਿਆ ਹੋਇਆ ਉਹਨਾਂ ਨੂੰ ਵੀ ਇਹ ਬੱਚੇ ਵਿੱਚ ਕੌਨਫੀਡੈਂਸ ਭਰਨਾ ਆ ਔਰ ਇਹ ਤੋਂ ਹਾਰ ਨਹੀਂ ਮੰਨਣੀ ਜੇ ਹਾਰ ਮੰਨ ਗਏ ਤਾਂ ਫਿਰ ਤੁਸੀਂ ਹਾਰ ਗਏ ਜ਼ਿੰਦਗੀ 'ਚ ਹਾਰਨਾ ਕਦੇ ਨਹੀਂ ਹੈ ਕੌਨਫੀਡੈਂਸ ਬਿਲਡ ਕਰਨ ਲਈ ਇਹਨਾਂ ਨੂੰ 5 ਚੀਜ਼ਾਂ ਕਰਨੀਆਂ ਪੈਣਗੀਆਂ ਕਿ ਇਹਨੂੰ ਕਹਿਣਾ ਪਏਗਾ ਕਿ ਯੂ ਆਰ ਸਪੈਸ਼ਲ ਤੂੰ ਸਾਡੇ ਲਈ ਵੀ ਸਪੈਸ਼ਲ ਹੈ ਤੂੰ ਸਮਾਜ ਲਈ ਵੀ ਸਪੈਸ਼ਲ ਹੈ ਔਰ ਤੂੰ ਕਿਸੇ ਗੱਲ ਦੀ ਜਿੱਧਰੋਂ ਤੇਰੀ ਲਾਈਨ ਕਾਕਾ ਚੱਲਦੀ ਹੈ ਉਹਨੂੰ ਉੱਦਾਂ ਹੀ ਉਹਨੂੰ ਟ੍ਰੇਨ ਕਰਨਾ ਪਏਗਾ ਦੂਜਾ ਉਹਨੂੰ ਕਹਿਣਾ ਯੂ ਆਰ ਏਬਲ ਬਈ ਤੂੰ ਕੋਈ ਵੀ ਕੰਮ ਕਰਨ ਲਈ ਏਬਲ ਹੈ ਬਸ ਥੋੜੀਆਂ ਜਿਹੀਆਂ ਇੱਦਾਂ ਜਿੱਦਾਂ ਪਹਿਲਾਂ ਭੈਣ ਜੀ ਨੇ ਇੱਕ ਨੇ ਕਿਹਾ ਇਹਨੂੰ ਥੋੜੀ ਟ੍ਰੇਨਿੰਗ ਦੇਣੀ ਇਹਨੂੰ ਇਕੱਲੇ ਨੂੰ ਸਮਝਾਉਣਾ ਉਹ ਸਾਰਾ ਇਹਦੇ ਵਿੱਚ ਆਉਂਦਾ ਤੀਜਾ ਇਹਨੂੰ ਕਹਿਣਾ ਪਏਗਾ ਯੂ ਕੈਨ ਲਰਨ ਕੋਈ ਚੀਜ਼ ਦੁਨੀਆ 'ਚ ਐਸੀ ਨਹੀਂ ਹੈ ਬੱਚੇ ਜਿਹੜੀ ਤੂੰ ਸਿੱਖ ਨਹੀਂ ਸਕਦਾ ਹਰ ਕੋਈ ਸਿੱਖ ਸਕਦਾ ਯੂ ਕੈਨ ਡੂ ਇਹ ਚੀਜ਼ ਤੂੰ ਕਰ ਸਕਦਾ ਹੈ ਇੱਦਾਂ ਇਹਨੂੰ ਬਿਲਡ ਕਰਨਾ ਇਹਦੇ 'ਚ ਕੌਨਫੀਡੈਂਸ ਦੀ ਕਮੀ ਹੈ ਯੂ ਕੈਨ ਸੋਲਵ ਤੂੰ ਹਰੇਕ ਚੀਜ਼ ਨੂੰ ਸੋਲਵ ਕਰ ਸਕਦਾ ਜਦੋਂ ਇਹਦੇ 'ਚ ਕੌਨਫੀਡੈਂਸ ਬਿਲਡ ਹੋ ਜਾਏਗਾ ਤੇ ਹੀ ਵਿਲ ਬੀ ਸਕਸੈਸ ਇਨ ਹਿਜ ਲਾਈਫ ਕਿਉਂਕਿ ਇੱਕ ਹਾਥੀ ਤੇ ਇੱਕ ਬੱਚਾ ਇੱਕ ਦਰਖਤ ਦੇ ਕੋਲ ਦੀ ਲੰਘ ਰਿਹਾ ਸੀ ਤੇ ਹਾਥੀ ਕਹਿਣ ਲੱਗਾ ਆਪਣੇ ਬੱਚੇ ਨੂੰ ਬਈ ਦੇਖੋ ਬਾਂਦਰ ਉੱਤੇ ਲਟਕਿਆ ਤੇ ਉਹਦਾ ਬੱਚਾ ਲਟਕਿਆ ਤੂੰ ਤਾਂ ਕਦੇ ਵੀ ਨਹੀਂ ਲਟਕ ਸਕਦਾ ਉਹ ਕਹਿੰਦਾ ਹਾਥੀ ਨੂੰ ਉਹਦਾ ਬੱਚਾ ਕਹਿੰਦਾ ਮੇਰੀ ਤੁਲਨਾ ਉਹਦੇ ਨਾਲ ਨਾ ਕਰੋ ਮੈਂ ਹੋ ਸਕਦਾ ਮੈਂ ਜੋ ਮੈਂ ਕਰ ਸਕਦਾ ਉਹ ਨਹੀਂ ਕਰ ਸਕਦੇ ਸੋ ਬੱਚੇ ਦੀ ਕਦੇ ਤੁਲਨਾ ਨਾ ਕਰੋ ਦੂਜੇ ਨਾਲ ਹੋ ਸਕਦਾ ਇਹੀ ਬੱਚਾ ਅੱਗੇ ਜਾ ਕੇ ਕੋਈ ਮਹਾਨ ਕੰਮ ਕਰ ਜਾਏ
ਸੋ ਇਹਦੇ ਥੋੜਾ ਜਿਹਾ ਕੌਨਫੀਡੈਂਸ ਬਿਲਡ ਕਰਨ। ਥੈਂਕ ਯੂ ਜੀ। ਬਿਲਕੁਲ ਬਿਲਕੁਲ, ਬਹੁਤ ਵਧੀਆ, ਥੈਂਕ ਯੂ ਸੋ ਮਚ ਗੁਰਦੀਪ ਜੀ। ਬੜਾ ਅੱਛਾ ਰਿਮਾਈਂਡਰ ਹੈ ਕਿ ਵਾਕਈ ਹਰ ਬੱਚਾ ਆਪਣੀ ਇੱਕ ਸਟਰੈਂਥ ਹੈ ਉਹਦੀ, ਸੋ ਪਰ ਪੋਜ਼ਿਟਿਵਲੀ ਉਹਨੂੰ ਇਹ ਚੀਜ਼ਾਂ ਕਰਨੀਆਂ, ਕਿਉਂਕਿ ਬਹੁਤ ਜਾਣੇ ਅਣਜਾਣੇ 'ਚ ਅਸੀਂ ਖੁਦ ਫਰਸਟ੍ਰੇਟ ਹੁੰਦੇ ਹਾਂ, ਕਸੂਰ ਨਹੀਂ ਹੈ, ਪਰ ਅਵੇਅਰ ਹੋਣਾ ਪਏਗਾ ਕਿ ਕਿਤੇ ਅਸੀਂ ਉਹ ਤਾਂ ਨਹੀਂ ਕਰ ਰਹੇ, ਨੈਗੇਟਿਵ ਫੀਡਿੰਗ ਤਾਂ ਨਹੀਂ ਕਰ ਰਹੇ ਕਿ ਤੂੰ ਇਹ ਨਹੀਂ ਕਰ ਸਕਦਾ, ਤੂੰ ਉਹ ਨਹੀਂ ਕਰ ਸਕਦਾ, ਇਹ ਤਾਂ ਨਹੀਂ ਹੋ ਰਿਹਾ। ਔਨ ਦਾ ਓਪੋਜ਼ਿਟ, ਜਿਵੇਂ ਗੁਰਦੀਪ ਜੀ ਨੇ ਕਿਹਾ ਕਿ ਉਹਨੂੰ ਕਰਨਾ ਪਏਗਾ, ਤੂੰ ਕੁਛ ਵੀ ਕਰ ਸਕਦਾ, ਤੂੰ ਲੈਟਸ ਸੀ ਕੀ ਕਰ ਸਕਦਾ, ਉਹਨੂੰ ਕਿਸੇ ਇੱਕ ਚੀਜ਼ 'ਚ ਪਾ ਕੇ ਦੇਖਿਆ, ਉੱਥੇ ਚੰਗਾ ਹੈ ਤਾਂ ਬੋਲੋ ਹਾਂ ਇਹ ਤੇਰਾ ਹੋਰ ਵਧੀਆ ਕਰ ਸਕਦਾ, ਯੂ ਕੈਨ ਡੂ ਇਟ। ਸੋ ਇਹ ਪੋਜ਼ਿਟਿਵ ਰੀਇਨਫੋਰਸਮੈਂਟ ਜਿਹੜੀ ਹੈ ਨਾ, ਐਸੇ ਟਾਈਮ 'ਤੇ ਬਹੁਤ ਕਈ ਵਾਰੀ ਬਿਲਕੁਲ ਲੱਗੇਗਾ ਕਿ ਨਹੀਂ ਉਹ ਨਹੀਂ, ਪਰ ਫੇਕ ਨਹੀਂ ਹੋਣੀ ਚਾਹੀਦੀ, ਇਟ ਸ਼ੁਡ ਬੀ ਅ ਲਾਏ, ਉਹ ਬੱਚਾ ਪਤਾ ਲੱਗਦਾ ਉਹਦੇ 'ਚ, ਬਟ ਇੱਕ ਪੋਜ਼ਿਟਿਵਲੀ ਕਿ ਯਾ 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 ਯੂ ਕੈਨ ਡੂ ਇਟ, ਬਕਿੰਗ ਅਪ, ਉਹ ਬਹੁਤ ਜ਼ਰੂਰੀ ਹੈ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਹਰਮਿੰਦਰ ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ। ਹਾਂ, ਮੈਂ ਕਹਿਣਾ ਸੀ ਜੀ ਕਿ ਐਜ਼ ਅ ਟੀਚਰ ਮੈਂ ਕਹਾਂਗੀ, ਜਿਹੜੇ ਬੱਚਾ ਪੜ੍ਹਾਈ ਤੋਂ ਪਿੱਛੇ ਹਟਦਾ, ਹਾਂਜੀ, ਉਹਦਾ ਇੱਕ ਰੀਜ਼ਨ ਇਹ ਹੋ ਸਕਦਾ ਕਿ ਉਹਦੇ ਨੂੰ ਪੂਰਾ ਘਰੋਂ ਪਿਆਰ ਨਹੀਂ ਮਿਲਿਆ। ਬੱਚੇ ਤਾਂ ਕੌਨਫੀਡੈਂਸ ਲੂਜ਼ ਕਰਦੇ ਨੇ ਕਈ ਵਾਰੀ ਪੜ੍ਹਾਈ ਵਿੱਚੋਂ, ਠੀਕ ਹੈ, ਕਈ ਵਾਰੀ ਪੇਰੈਂਟਸ ਬਹੁਤ ਬਿਜ਼ੀ ਹੁੰਦੇ ਨੇ ਜਾਂ ਪੇਰੈਂਟਸ ਇੰਨਾ ਟਾਈਮ ਨਹੀਂ ਕਰਦੇ ਬੱਚਿਆਂ ਨੂੰ ਬਹਿ ਕੇ ਗੱਲ ਕਰਨ, ਡੇਲੀ ਰੂਟੀਨ 'ਚ ਕਈ ਵਾਰੀ ਬੱਚੇ ਪ੍ਰੋਬਲਮ ਵੀ ਫੇਸ ਕਰਦੇ ਨੇ। ਆਈ ਜਸਟ ਮੈਂ ਇੱਕ ਹੁਣੇ ਯੂਥ ਪ੍ਰੋਟੈਕਸ਼ਨ ਟ੍ਰੇਨਿੰਗ ਕੀਤੀ ਹੈ, ਉਹਦੇ ਵਿੱਚ ਇਹ ਹੈਗਾ ਕਿ ਬੱਚਿਆਂ ਨੂੰ ਉਹਨਾਂ ਕੋਲ ਪੁੱਛੋ, ਉਹਨਾਂ ਨੂੰ ਦੱਸੋ ਕਿ ਆਪਣੇ ਤੁਹਾਡੇ 5 ਟਰਸਟਿਡ ਅਡਲਟ ਹੋਣੇ ਚਾਹੀਦੇ ਨੇ ਜਿਹਦੇ 'ਤੇ ਤੁਸੀਂ ਟਰਸਟ ਕਰਦੇ ਹੋ, ਜਿਹਦੇ ਨਾਲ ਉਹ ਗੱਲਬਾਤ ਆਰਾਮ ਨਾਲ ਕਰ ਸਕਦੇ ਨੇ। ਉਹਨੂੰ ਪੁੱਛੋ ਤੇਰਾ ਕਿਹੜਾ ਟਰਸਟਿਡ ਅਡਲਟ ਹੈਗਾ ਜਿਹਦੇ ਤੂੰ ਕੌਨਫੀਡੈਂਸ ਰੱਖ ਸਕਦਾ ਹੈ, ਤੇ ਉਹਦੇ ਨਾਲ ਗੱਲ ਕਰਕੇ ਦੱਸ ਤੈਨੂੰ ਕੀ ਪ੍ਰੋਬਲਮ ਹੈ। ਕਈ ਵਾਰੀ ਬੱਚੇ ਅਬਿਊਜ਼ ਵੀ ਹੁੰਦੇ ਨੇ ਤੇ ਉਹ ਸਿੱਖ ਦੱਸਦੇ ਨਹੀਂ ਆ, ਡਰਦੇ ਹੈਗੇ ਆ। ਜੀ ਜੀ ਜੀ, ਸੋ ਦੇ ਨੀਡ ਟੂ ਆਸਕ ਹਿਮ, ਕੋਈ ਐਸੀ ਉਹਦੇ ਲਾਈਫ ਵਿੱਚ ਕੋਈ ਘਟਨਾ ਤਾਂ ਨਹੀਂ ਘਟੀ ਜਿਹਦੇ ਕਰਕੇ ਉਹ ਡਰ ਰਿਹਾ, ਕੌਨਫੀਡੈਂਸ ਲੂਜ਼ ਕਰ ਰਿਹਾ? ਦੇਖੋ ਤੇ ਪੇਰੈਂਟਸ ਵੀ ਲੱਗ ਜਾਣ, ਟੀਚਰਸ ਵੀ ਸੋਹਣੀ ਤਰ੍ਹਾਂ ਲੱਗ ਜਾਣ, ਤੇ ਡੈਫੀਨੇਟਲੀ ਬੱਚਾ ਫਿਰ ਉੱਪਰ ਜਾਏਗਾ। ਮੈਂ ਤੇ ਜਸਟ ਟ੍ਰੇਨਿੰਗ ਕੀਤੀ ਹੈ, ਮੈਂ ਉਹਦੇ ਵਿੱਚ ਫੀਲ ਕਰਨੀ ਆ ਯੂਥ ਪ੍ਰੋਟੈਕਸ਼ਨ ਟ੍ਰੇਨਿੰਗ, ਬੱਚਿਆਂ ਨਾਲ ਕਈ ਵਾਰੀ ਉਹਨਾਂ ਦੀ ਲਾਈਫ 'ਚ ਕੋਈ ਇੰਸੀਡੈਂਟ ਹੋ ਜਾਂਦਾ, ਉਹ ਡਰਦੇ ਆ ਤੇ ਉਹ ਸੀਕਰਟ ਰੱਖਦੇ ਆ, ਦੱਸਦੇ ਨਹੀਂ ਆ। ਰਾਈਟ, ਸੋ ਮੇਬੀ ਕਿ ਕੋਈ ਐਸਾ ਰੀਜ਼ਨ ਨਾ ਹੋਵੇ। ਸੋ ਬਹੁਤ ਅੱਛਾ ਆਈਡੀਆ ਹੈ ਕਿ ਟੀਚਰ ਨਾਲ ਗੱਲ ਕਰੋ, ਕਾਉਂਸਲਰਸ ਨਾਲ ਗੱਲ ਕਰੋ ਸਕੂਲ 'ਚ ਜੀ, ਸੋ ਦੈਟ ਅਗਰ ਤੁਹਾਨੂੰ ਨਹੀਂ ਵੀ ਪਤਾ ਕੋਈ ਚੀਜ਼ ਮਿਸ ਹੋ ਰਹੀ ਹੈ ਵਿੱਚ, ਯੂ نو ਮੇਬੀ ਨਾ ਉਹ ਰੀਜ਼ਨ ਹੋਵੇ, ਹਾਂਜੀ ਮੇਬੀ ਨਾ ਉਹ ਰੀਜ਼ਨ ਹੋਵੇ, ਪਰ ਪਤਾ ਕਰਨ ਚ ਕੋਈ ਹਰਜ ਨਹੀਂ ਹੈ। ਡੈਫੀਨਿਟਲੀ ਆਪਣਾ ਬੱਚਾ, ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ ਜੀ, ਬਿਲਕੁਲ। ਮੇ ਵੀ ਕੋਈ ਰੀਜ਼ਨ ਹੈ ਬੱਚੇ ਹਾਈਡ ਕਰਦੇ ਨੇ, ਕਿਉਂਕਿ ਆਈ ਜਸਟ ਹੈਡ ਰੈਡ ਦੈਟ ਬੜੇ ਬੜੇ ਇਨਸੀਡੈਂਟ ਐਂਡ ਹੋਏ ਨੇ, ਉਹਨਾਂ ਨਾਲ ਸੈਕਸ਼ੂਅਲੀ ਅਬਿਊਜ਼ ਹੁੰਦੇ ਨੇ ਤੇ ਸੀਕਰਟ ਰੱਖਦੇ ਨੇ, ਦੱਸਦੇ ਨਹੀਂ, ਉਹ ਡਰ ਉਹਨਾਂ ਦੇ ਮਨ ਚ ਖਾਈ ਜਾਂਦਾ ਆਪਣੇ ਆਪ ਨੂੰ ਲਾਣ ਵੇਲੇ ਹੋ ਸਕਦਾ ਗਲਤ ਬੰਦਿਆਂ ਦੇ ਨਾਲ ਬੈਠਣਾ ਉੱਠਣਾ ਸ਼ੁਰੂ ਹੋ ਜਾਏ, ਕਿਉਂਕਿ ਕਹਿੰਦੇ ਨੇ ਕਿ ਬੱਚਾ ਗੱਲ ਕਰੇਗਾ, ਵੱਡੀ ਹੋਏਗਾ ਟਰਸਟਿਡ ਅਡਲਟ ਹੋਏਗਾ ਜਿਹਦੇ ਨਾਲ ਉਹ ਗੱਲ ਕਰ ਸਕਦਾ ਹੋਵੇ, ਟੀਚਰ ਨਾਲ ਵੀ ਗੱਲ ਕਰ ਸਕਦਾ। ਸੋ ਬੈਠ ਕੇ ਗੱਲ ਕਰਨ 'ਚ ਉਹਦੇ ਦਿਮਾਗ ਵਿੱਚ ਕੀ ਹੈਗਾ, ਆਈ ਨੋ ਜਿਹੜੇ ਹੈਲਪ ਕਰ ਰਹੇ ਨੇ ਦੇ ਆਰ ਡੂਇੰਗ ਸੋ ਗੁੱਡ, ਪਰ ਉਹਨਾਂ ਨੂੰ ਫਿਰ ਥੋੜ੍ਹਾ ਇਹ ਕਰਨਾ ਪਏਗਾ ਕਿ ਦੀਜ ਆਰ ਆਵਰ ਰੂਲਸ ਐਂਡ ਰੈਗੂਲੇਸ਼ਨ ਐਂਡ ਯੂ ਹੈਵ ਟੂ ਫਾਲੋ ਦੋਜ਼। ਜੀ ਜੀ, ਜੇ ਰੂਲਸ ਐਂਡ ਰੈਗੂਲੇਸ਼ਨ ਆਪਣਾ ਕੰਮ ਦੂਜੇ ਤੇ ਨਾ ਪਾਏ, ਯੂ ਹੈਵ ਟੂ ਫਿਨਿਸ਼ ਇਟ ਪਿਆਰ ਨਾਲ, ਕਿਉਂਕਿ ਉਹਨੂੰ ਪਿਆਰ ਚਾਹੀਦਾ ਬੱਚੇ ਨੂੰ। ਬਿਲਕੁਲ ਹਰਮਿੰਦਰ ਜੀ, ਉਹੀ ਕਿ ਉਹਨੂੰ ਪੁੱਛੀਏ ਕਿ ਕਿਹੜੇ ਅਡਲਟਸ ਹੈ, ਹੋ ਸਕਦਾ ਉਹਦੀ ਜ਼ਿੰਦਗੀ 'ਚ ਅਦਰ ਦੈਨ ਪੇਰੈਂਟਸ ਹੈ ਜਾਂ ਨਹੀਂ ਹੈ, ਇਸ ਪਿੱਛੇ ਇੱਕ ਐਸਾ ਅਡਲਟ ਬਣਨਾ ਹੁਣ ਤੋਂ ਵੀ, ਉਹ ਵੀ ਇੱਕ ਜ਼ਰੂਰੀ ਹੈ ਕਿ ਤੁਸੀਂ ਇੱਕ ਸਾਥ ਦਿਓ, ਪਿਆਰ ਦਿਓ ਔਰ ਥੋੜ੍ਹਾ ਜਿਹਾ ਫਰਮਲੀ ਕਿ ਹਾਂ ਤੂੰ ਇਹ ਕੰਮ ਕਰਨਾ, ਤੂੰ ਕਰਕੇ ਰੱਖਣਾ, ਯੂ ਨੋ, ਕਿਉਂਕਿ ਉਹਦੇ ਦਿਲ ਦਿਮਾਗ ਵਿੱਚ ਕੁਛ ਚੀਜ਼ ਹੈਗੀ ਹੈ ਜਿਹੜਾ ਉਹਨੂੰ ਲੈ ਪੜ੍ਹਾਈ ਵਿੱਚ ਇੰਟਰਸਟ ਨਹੀਂ ਲੈਣ ਦੇ ਰਿਹਾ। ਮੇਬੀ ਉਹ ਪੇਰੈਂਟਸ ਨਾਲ ਗੱਲ ਨਾ ਕਰਦਾ ਹੋਵੇ ਤੇ ਟਰਸਟਿਡ ਬੱਡੀ ਨਾਲ ਗੱਲ ਕਰ ਸਕਦਾ, ਟਰਸਟਿਡ ਅਡਲਟ ਨਾਲ ਗੱਲ ਕਰ ਸਕਦਾ,
ਤੇ ਉਹਦੇ ਮਨ ਦੀ ਗੱਲ ਬਾਹਰ ਆ ਸਕਦੀ ਹੈ ਤੇ ਬਹੁਤ ਹੀ ਵਿਲ ਡੂ ਗੁੱਡ ਰਾਈਟ थैंक यू सो मच कुछ होर भी ध्यान आए तो जरूर कॉल करो ओवरऑल मैं देखिया माई एक्सपीरियंसिस कि एज अ प्रोफेसनल असी बहुत चाहते हाँ कि और वह भी दो स्कूल्स हैं एक कि असी जरूर कॉज लभीए यू नो विच इज़ वेरी गुड ईजी कि कॉज लभीए कॉज परे करिए कई बार वो पॉसिबल नहीं होंगे स्पेशली अडल्ट विच ये तो चलो फिर भी हाले बच्चा है अडल्ट कॉज नहीं भी मिल रहा ना तो एक थम रूल्स हैगे कि खूब सारा इस एज विच खास तौर पर अगर तुसी प्यार देंदे हो सपोर्ट देंदे हो और एक पॉजिटिव वो देंदे हो एक विश्वास कि हाँ वी बिलीव इन यू कि तू कर सकता है यू आर समथिंग जिवें गुरदीप जी ने कहा यू आर स्पेशल तू यूनीक हैगा तू जो हैगा तू बहुत इनफ है यू नो यू गुड इनफ वो जड़ा असी सारे ह्यूमन बीइंग्स किसी ना किसी तरह एक दूजे नू ऐ जड़ा जेस्चर दे दें कि हाँ नहीं मैं इन्ना इनफ नहीं हाँ वो बड़ा बॉदरसम होंदा सो इस बच्चे नू अगर यही सारा फीडबैक भी जाएगा ना दैट विल हेल्प इट अलॉट टू लेट मी टेक अ शॉर्ट ब्रेक वेलकम बैक इस तो पहले कि मैं होर कॉल्स लवां जरूर दसदा कल सानू जरूर जॉइन करना एक बड़े अकम्पलिश्ड राइटर ऑथर फिल्म मेकर डायरेक्टर पोएट परफॉर्मर ही सो मैनी थिंग्स एंड करंटली NYU स्कूल दे टिश स्कूल स्कूल ऑफ आर्ट्स एंड थिएटर दे विच पढ़ा रहे ने प्रोफेसर ने सो वो सानू जॉइन करेंगे एंड अपनी जर्नी उन्होंने काफ़ी मूवीज बनाई हैं राइट बुक्स लिखी हैं एक उन्हों की बुक 2017 जी आई सी वो हुन फिल्म बन रही है सो यू नो आई रियली वॉन्ट कि वो साडे परिवार नू मिलन और वील टॉक टू हर सो डू जॉइन टुमोरो उन्हों का नाम है चित्रा नियोगी सो करंटली NYU च टिश दे विच पढ़ा रहे ने जरूर जॉइन करना वापस चल दिया आज दी केस ते लेट्स सी की कह रहे ने सारे इन्हां नु हेलो 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 कॉल करी हेलो हां जी सत श्री अकाल दसो जी की कहंदे हो मैं ते कहांगी ਸਾਰੇ ਕਾਲਰ ਬੜਾ ਅੱਛਾ ਸੁਝਾਅ ਦੇ ਰਹੇ ਨੇ ਤੇ ਉਹ ਪਿੱਛੇ ਜਿਹੜੇ ਤੁਹਾਨੂੰ ਖੋਜਣ ਵਾਲੇ ਉਹ ਸੁਣ ਰਹੇ ਨੇ ਜੀ ਹੈਨਾ ਹਾਂਜੀ ਮੈਂ ਇਹ ਕਹਾਂਗੀ ਉਹ ਤਾਂ ਜਿਹੜਾ ਹੋ ਗਿਆ ਸੋ ਹੋ ਗਿਆ ਆਪੇ ਉਹ ਇੰਨਾ ਕੋਈ ਕੁਐਸਚਨ ਸੁਣ ਰਿਹਾ ਕੁਛ ਤਾਂ ਕਰਨ ਗਈ ਨਾ ਹੈਨਾ ਪਰ ਮੈਂ ਅੱਗੋਂ ਮਾਵਾਂ ਨੂੰ ਕਹਾਂਗੀ ਜਦੋਂ ਬੱਚਾ 8-7 ਸਾਲ ਦੇ ਵਿੱਚ ਹੁੰਦਾ ਹੈ ਨਾ ਉਹਨੂੰ ਆਪਣਾ ਖਰਚਾ ਖਾਣਾ ਪੀਣਾ ਪਹਿਣਾ ਨਹਾਉਣਾ ਧੋਣਾ ਕੋਈ ਕੰਮ ਕੋਈ ਪੜ੍ਹਾਈ ਕੁਛ ਵੀ ਆਪਣੇ ਜਿਹੜੀ ਆਪਣੀ ਫੈਮਿਲੀ ਉਹਨਾਂ ਦੇ ਨਾਵਾਂ ਤੱਕ ਰਿਸ਼ਤੇਦਾਰਾਂ ਤੱਕ ਬੱਚਿਆਂ ਨੂੰ ਟੀਚਰ ਮਾਂ ਬਣ ਕੇ ਸਮਝਾਉਂਦੀ ਰਹੇ ਨਾ ਤੇ ਕਦੀ ਵੱਡਿਆਂ ਦੇ ਪ੍ਰੋਬਲਮ ਨਹੀਂ ਆਉਂਦੀ ਮੇਰੇ ਕੋਲ ਛੱਡ ਜਾਂਦੀਆਂ ਸੀ ਮੇਰੀਆਂ ਬੇਟੀਆਂ ਇੱਕ ਮੁੰਡਾ ਤੇ ਕੁੜੀ ਤੇ ਕੁੜੀ ਛੋਟੀ ਜੀ ਮੈਂ ਉਹਨਾਂ ਨੂੰ ਪੰਜਾਬੀ ਸਿਖਾਉਣਾ ਮੈਂ ਚਟਣੀਆਂ ਮਟਣੀਆਂ ਚਾਹ ਰੋਟੀਆਂ ਪਾਣੀ ਨਿੱਕੇ ਨਿੱਕੇ ਮੂੰਹ ਗਰਾਈਆਂ ਦੇਣੀਆਂ ਤੇ ਸਾਰਾ ਕੁਛ ਸਿਖਾਉਣਾ ਅੱਜ ਵੇਖ ਲਓ ਇੰਨੀਆਂ ਨੇ ਮੈਂ ਅਰਵਿੰਦ ਬੇਟਾ ਮੈਂ ਝੂਠ ਨਹੀਂ ਬੋਲਦੀ ਦੋ ਦੇ ਵਿਆਹ ਹੋ ਗਏ ਨੇ सारे बहुत वधिया पर मैं जरूर इस चीज रिपीट कर दी क्योंकि इस प्रोग्राम च एग्री टू डिसएग्री साडा मोटो है कि असीं एक दूजे नाल अगर एग्री नहीं करदे तो गल खुल के कहीए आई डोंट एग्री कोई पहले तो गल ये कि जो बच्चे की गल हो रही है वो खराब नहीं हो गया एक हल लभ रहे हैं कि हाँ यू नो इस तरह नाल गड़बड़ चल रही है दसो की करिए पर जिथे बच्चा थोड़ा गलत चला भी जाता है वो सीधा साड़ा ध्यान जाता है कि पेरेंट्स की गलती है पेरेंट्स ने ही कुछ किया है नो There are so many factors. Right away असी इन्ना जबरदस्त जजमेंटल हो जाते हैं कि कुछ कमी पेरेंट्स पेरेंटिंग रह गई ता ही हो गया वो पेरेंट्स तो पहले ही हार जाते होने और परेशान हो जाते होने जो सारी दुनिया उन्होंने इंज देखेगी कि तुसी कोई गलती की है तो इंज होया अफकोर्स असी बहुत ज़्यादा उस चीज़ नू कहंदे आ कि छोटे होंदे तो अपने नाल रखो कम्यूनीकेट करो सब कुछ करो बे बहुत प्यार दो जिवें आंटी जी कह रहे हैं और मुबारक है सारिया नू वाहिगुरु सारिया दे बच्चियां नू सही रखे सेहतां दवे मानसिक शरीरिक सारिया बट जिथे कुछ होंगे उहदे फैक्टर्स बहुत ज़्यादा हैं प्लीज़ वी कैन नॉट रश इन टू जजमेंट्स लैट सी होर की कह रहे हैं हैलो हैलो हाँ जी दीदी हाँ जी जसी जी क्विकली दसो हाँ जी मैं ये सोच रही थी कि असी ना जिस तरह हुण सारे सुजेशन दे रहे हैं राइट
ਤੇ ਕਿਤੇ ਪੇਰੈਂਟਸ ਇਹ ਨਾ ਸੋਚਣ ਕਿ ਬੱਚੇ ਦੇ ਨਾਲ ਬਹੁਤ ਜ਼ਿਆਦਾ ਗੱਲਾਂ ਕਰਨ ਜਾਂ ਕੁਛ, ਬੱਚਾ ਸੋਚੇ ਕਿ ਵਾਈ ਦੇ ਚੇਂਜ ਰਾਈਟ ਵੇ ਰਾਈਟ। ਤੇ ਮੇਰਾ ਦਿਲ ਚ ਇੱਕ ਗੱਲ ਆਈ ਸੀਗੀ ਕਿ ਐਜ ਏ ਪੇਰੈਂਟਸ, ਕਿ ਪੇਰੈਂਟਸ ਖੁਦ ਜਾ ਕੇ ਨਾ ਜਿਹੜੇ ਆਪਣੇ ਸਕੂਲ ਦੇ ਵਿੱਚ ਕਾਉਂਸਲਰ ਹੈਗੇ ਆ, ਹਾਂਜੀ ਉਹ ਕਈ ਅਸੀਂ ਟੀਚਰ ਕਾਉਂਸਲਰ ਨਾਲ ਗੱਲ ਕਰੋ, ਹਾਂਜੀ ਹਾਂਜੀ ਕਾਉਂਸਲਰ ਨਾਲ ਗੱਲ ਕਰਨ, ਤੇ ਇੱਕ ਨਾ ਜਿਸ ਤਰ੍ਹਾਂ ਟੀਚਰਸ ਦੇ ਨਾਲ ਉਹਨਾਂ ਨੂੰ ਕਹਿਣ ਵੀ ਇਹਨਾਂ ਦੀ ਰਿਪੋਰਟ ਮੈਨੂੰ ਈਮੇਲ ਕਰੋ। ਤੇ ਕਿਉਂਕਿ ਜਿਹੜਾ ਨਾ ਬੱਚਾ ਆ, ਮੈਂ ਕਹਿੰਦੀ ਹਾਂ ਸੱਚੀ ਗੱਲ ਤੁਹਾਨੂੰ ਦੱਸਦੀ ਹਾਂ, ਇਸ ਬੱਚੇ ਨੂੰ ਸਿਰਫ ਥੋੜੀ ਜਿਹੀ ਕਮਿਊਨੀਕੇਸ਼ਨ ਦੀ ਪ੍ਰੋਬਲਮ ਆ, ਹੋਰ ਕੁਛ ਨਹੀਂ ਹੈਗਾ। ਜੇ ਪੇਰੈਂਟਸ ਸਿਰਫ ਆਪਣੇ ਪਿਆਰ ਇਹਦੇ ਨਾਲ ਕਰਨ ਨਾ ਹੋਰ ਜ਼ਿਆਦਾ, ਤੇ ਥੋੜਾ ਜਿਹਾ ਮਤਲਬ ਕਿ ਜਿਸ ਤਰ੍ਹਾਂ ਟੂ ਮੱਚ ਵੀ ਨਾ ਇੱਕਦਮ ਕਰਨ ਵੀ ਹਾਂਜੀ ਮੈਂ ਪ੍ਰੋਗਰਾਮ ਸੁਣਿਆ, ਉਹਨਾਂ ਨੇ ਸਾਰਿਆਂ ਨੂੰ ਇਹ ਕਿਹਾ, ਆਪਣੇ ਤਰੀਕੇ ਨਾਲ ਥੋੜਾ ਜਿਹਾ ਚੇਂਜ ਕਰਨ, ਆਪਣੇ ਆਪ ਨੂੰ ਕਾਉਂਸਲਰ ਨਾਲ ਜ਼ਰੂਰ ਗੱਲ ਕਰਨ ਦੇ। ਸੋ ਹਾਂਜੀ ਬਹੁਤ ਵਧੀਆ, ਟੀਚਰ ਔਰ ਕਾਉਂਸਲਰਸ ਨਾਲ ਗੱਲ ਕਰਨ, ਹੋਰ ਅਡਲਟਸ ਦੀ ਜਿਹੜੀ ਇੱਕ ਬੌਂਡਿੰਗ ਹੈ ਬੱਚੇ ਨਾਲ ਬਹੁਤ ਜ਼ਰੂਰੀ ਹੈ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ ਸਤਿ ਸ਼੍ਰੀ ਅਕਾਲ ਜੀ, ਪਲੀਜ਼ ਦੁਬਾਰਾ ਕਾਲ ਕਰੋ, ਤੁਹਾਡੀ ਆਵਾਜ਼ ਨਹੀਂ ਆਉਂਦੀ। ਹੈਲੋ ਹੈਲੋ ਅਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਹਾਂਜੀ ਮੈਂ ਡੈਲਵੇਅਰ ਤੋਂ ਫੋਨ ਕਰਦੀ ਹਾਂ। ਹਾਂਜੀ ਹਾਂਜੀ ਦੱਸੋ। ਮੈਨੂੰ, ਮੈਂ ਤਾਂ ਪਿੱਛੋਂ ਜਾ ਕੇ ਟੀਵੀ ਔਨ ਕੀਤਾ, ਮੈਨੂੰ ਇਹ ਨਹੀਂ ਪਤਾ ਵੀ ਬੱਚੇ ਦੀ ਉਮਰ ਕਿੰਨੀ ਆ। 11th ਗ੍ਰੇਡਰ ਹੈ। ਅੱਛਾ ਜੀ, ਅੱਛਾ 11th। ਹਾਂਜੀ ਹਾਈ ਸਕੂਲਰ ਹੈ, ਸੈਂਸਿਟਿਵ ਸਟੇਜ ਹੈ। ਹਾਂਜੀ ਯੂ نو ਕੱਟ ਨੰਬਰ ਆਏ ਤੇ ਗ੍ਰੇਡ ਥੱਲੇ। ਮੇਰਾ ਬੇਟਾ ਇੱਥੇ ਪੜ੍ਹ, ਇੱਥੇ ਲੋਕਾਂ ਨੂੰ ਨਾ ਪਤਾ ਨਹੀਂ ਵੀ ਸਿੱਖ ਕਮਿਊਨਿਟੀ ਕੀ ਹੈ ਜਾਂ ਕਿਸ ਤਰ੍ਹਾਂ, ਹਨਾ। ਹਾਂਜੀ। ਤੇ ਮੇਰੇ ਬੇਟੇ ਦੇ ਵਾਲ ਰੱਖੇ ਹੋਏ ਸੀ, ਉਹਨੂੰ ਨਾ ਸਕੂਲ ਦੇ ਵਿੱਚ, ਸਾਨੂੰ 15 ਸਾਲ ਹੋ ਗਏ ਉਰੇ ਆਏ ਨੂੰ, ਉਹਨੂੰ ਉਹ ਛੋਟਾ ਜਿਹਾ ਸੀ, ਉਹਨੂੰ ਸਕੂਲ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀਆਂ ਹੁੰਦੀਆਂ ਸੀ ਵਾਲਾਂ ਤੋਂ। ਹਾਂਜੀ ਹਾਂਜੀ। ਕਿਸੇ ਨੇ ਕੁਛ ਕਹਿਣਾ, ਬੱਚਿਆਂ ਨੇ ਤੰਗ ਕਰਨਾ, ਇੱਕ ਵਾਰੀ ਇੱਕ ਟੀਚਰ ਨੇ ਵੀ ਤੰਗ ਕੀਤਾ, ਹਨਾ। ਤੇ ਜਦੋਂ ਛੋਟਾ ਜਿਹਾ ਸੀ ਉਦੋਂ, ਅੱਛਾ ਮੇਰੀ ਆਦਤ ਹੁੰਦੀ ਸੀ, ਮੈਂ ਪੁੱਛਦੀ ਰਹਿੰਦੀ ਸੀ ਵੀ ਅਮੀਰ ਤੈਨੂੰ ਕੋਈ ਤੰਗ ਤਾਂ ਨੀ ਕਰਦਾ, ਵੀ ਜੇ ਕੋਈ ਤੈਨੂੰ ਤੰਗ ਕਰਦਾ ਬੇਟਾ ਸਾਨੂੰ ਦੱਸ, ਅਸੀਂ ਵੀ ਪ੍ਰਿੰਸੀਪਲ ਨਾਲ ਗੱਲ ਕਰੀਏ, ਹਨਾ। ਓਕੇ। ਤੇ ਉਹ ਅਸੀਂ ਪਹਿਲਾਂ ਹੀ ਜਦੋਂ ਸਕੂਲ ਸ਼ੁਰੂ ਹੋਣਾ ਸੀ ਪ੍ਰਿੰਸੀਪਲ ਨੂੰ ਕਹਿਣਾ ਵੀ ਏਦਾਂ ਦਾ ਕਰਕੇ ਵੀ ਆਹ ਗੱਲ ਹੈ ਵੀ ਇਹਨੂੰ ਕੋਈ ਤੰਗ ਨਾ ਕਰੇ, ਵੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਵੀ ਬੱਚਿਆਂ ਨੂੰ ਸਮਝਾਉਣਾ ਦੱਸਣਾ, ਹਨਾ। ਜੀ ਜੀ ਜੀ। ਵੀ ਅਸੀਂ ਤਾਂ ਹੁਣ ਇਕੱਲੇ ਇਕੱਲੇ ਨੂੰ ਆ ਕੇ ਦੱਸ ਨਹੀਂ ਸਕਦੇ। ਫਿਰ ਉਹਦੀ ਕੀ ਆਦਤ ਸੀ, ਹੁਣ ਬੱਚੇ ਬੱਚੇ ਹੀ ਨੇ, ਹਨਾ, ਛੋਟੇ ਬੱਚੇ ਜ਼ਿਆਦਾ ਤੰਗ ਕਰਦੇ ਹੁੰਦੇ, ਫਿਰ ਜਦੋਂ 8ਵੀਂ 'ਚ ਗਿਆ ਜਦ ਫਿਰ ਇੱਕ ਨੇ ਹੋਰ ਤੰਗ ਕਰਨਾ ਸ਼ੁਰੂ ਕੀਤਾ, ਫਿਰ ਉਹਦੀ ਆਦਤ ਇਹ ਹੋ ਗਈ ਵੀ ਮੰਮੀ ਨੂੰ ਗੁੱਸਾ ਛੇਤੀ ਆ ਜਾਂਦਾ, ਉਹ ਆਪਣੀ ਭੈਣਾਂ ਨੂੰ ਦੱਸਣ ਲੱਗ ਪਿਆ ਰਾਈਟ ਬਈ ਮੈਨੂੰ ਏਦਾਂ ਏਦਾਂ ਕਰਕੇ ਨਾ ਵੀ ਮੇਰੇ ਜੂੜੇ ਨੂੰ ਵੀ ਛੇੜਦੇ ਨੇ। ਪਰ ਉਹ ਮੁੰਡੇ 'ਚ ਇੰਨਾ ਮਤਲਬ ਰਿਹਾ, ਉਹ ਕਹਿੰਦੇ ਵੀ ਜੋ ਮਰਜ਼ੀ ਹੋ ਜਾਵੇ ਮੈਂ ਬਾਲ ਨਹੀਂ ਕਟਾਉਣੇ। ਓਕੇ। ਤੇ ਫਿਰ ਉਹਨਾਂ ਤੋਂ ਹੁਣ ਪਤਾ ਲੈ, ਮੈਂ ਕਹਿਣਾ ਵੀ ਮੁੰਡਾ 'ਚ ਚੁੱਪ ਚੁੱਪ ਆ ਵੀ ਕੋਈ ਗੱਲ ਹੈ, ਹਨਾ। ਤੇ ਜਦੋਂ ਉਹਨੇ ਦੱਸਣੀ, ਕੁੜੀਆਂ ਨੇ ਕਹਿ ਦੱਸ ਦੇਣਾ, ਕਹਿਣਾ ਮੰਮੀ ਆਹ ਗੱਲ ਹੈ ਵੀ ਏਦਾਂ ਕਰਕੇ ਵੀ ਉਮੀਦ ਆ, ਉਹਨਾਂ ਨੇ ਵੀ ਖੁਦ ਪ੍ਰਿੰਸੀਪਲ ਨਾਲ ਗੱਲ ਕਰਨੀ, ਜਾਣੀ ਜੀ ਅਸੀਂ ਆਪ ਦੇਖੋ ਹੈਂਡਲ ਕਰਨਾ, ਹਨਾ। ਕਈ ਬੱਚੇ ਇਹੋ ਜਿਹੇ ਬੱਚੇ ਬੱਚਿਆਂ ਨੂੰ ਤੰਗ ਕਰਦੇ ਨੇ ਜੇ ਚੰਗੇ ਕੱਪੜੇ ਪਾਏ ਹੋਏ ਹੋਣ, ਹਨਾ। ਬੱਚਾ ਇੰਟੈਲੀਜੈਂਟ ਹੈ ਉਹ, ਫਿਰ ਦੂਸਰੇ ਜਿਹੜਾ ਥੋੜੇ ਜਿਹੇ ਜੈਲਸ ਵੀ ਕਰਦੇ ਨੇ ਜੀ। ਤੇ ਵੀ ਇਹ ਹੈ ਵੀ ਉਹ ਜ਼ਿਆਦਾ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰਨ, ਟੀਚਰ ਨਾਲ ਗੱਲ ਕਰਨ, ਉਹਦਾ ਰਿਪੋਰਟ ਕਾਰਡ ਆਪ ਦੇਖਣ, ਕਿਉਂਕਿ ਇੱਕ ਦੋ ਵਾਰੀ ਚੋਰੀ ਚੱਕਰ ਵੀ ਲਾ ਕੇ ਹੁਣ ਸਕੂਲ ਦੇ ਵਿੱਚ ਵੀ ਕੀ ਗੱਲ ਹੈ, ਕੀ ਚੱਕਰ ਹੈ, ਹਨਾ। ਠੀਕ ਹੈ ਠੀਕ ਹੈ। ਵੀ ਇਹ ਚੀਜ਼ਾਂ ਹੁੰਦੀਆਂ ਨੇ ਵੀ, ਹੋਰ ਜੇ ਬੱਚਾ ਪੜ੍ਹਨ ਦੇ ਵਿੱਚ ਹੁਸ਼ਿਆਰ ਹੈ, ਜੇ ਬੱਚਾ ਪੜ੍ਹਨ ਦੇ ਵਿੱਚ ਰੁਚੀ ਰੱਖਦਾ ਤਾਂ ਉਹਦੇ ਵਿੱਚ ਤਾਂ ਫਿਰ ਕੋਈ ਐਸੀ ਗੱਲ ਨਹੀਂ ਆਉਣੀ ਚਾਹੀਦੀ। ਰੁਚੀ ਘਟਣ ਤੇ ਹੀ ਸਾਰੀ ਉਹ ਹੋਈ ਹੈ। ਥੈਂਕ ਯੂ ਸੋ ਮਚ ਜੀ, ਮੈਂ ਇੱਕ ਲੈਂਦੀ ਹਾਂ ਛੋਟੀ ਜਿਹੀ ਬ੍ਰੇਕ, ਵਾਪਸ ਹਾਜ਼ਰ ਹੋਣੀ ਹਾਂ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹਨ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹਰਵਿੰਦਰ ਜੀ, ਮੈਂ ਗੁਰਦੀਪ ਦੁਬਾਰਾ ਆਇਆ ਜੀ। ਹਾਂਜੀ ਦੱਸੋ। ਮੈਂ ਤੁਹਾਡੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਕਿ ਜਿਹੜਾ ਸੁਧਰਨਾ ਜਾਂ ਵਿਗੜਨਾ ਇਹ ਮਨੁੱਖ ਦੇ ਸੁਭਾਅ ਉੱਤੇ ਨਿਰਭਰ ਕਰਦਾ, ਨਾ ਕਿ ਮਾਹੌਲ ਉੱਪਰ। ਕਈ ਪੇਰੈਂਟਸ ਮੈਂ ਦੇਖਿਆ ਬਹੁਤ ਧਿਆਨ ਦਿੰਦੇ ਆ ਬੱਚਿਆਂ ਵੱਲ, ਹਰੇਕ ਪਾਸੇ ਨਜ਼ਰ ਰੱਖਦੇ, ਫਿਰ ਵੀ ਉਹ ਬੱਚੇ ਗਲਤ ਨਿਕਲ ਜਾਂਦੇ ਆ। ਸੋ ਇਹ ਜ਼ਰੂਰੀ ਨਹੀਂ ਕਿ ਪੇਰੈਂਟਸ ਦਾ ਹੀ ਦੋਸ਼ ਹੈ, ਨਹੀਂ ਏਦਾਂ ਨਹੀਂ ਹੁੰਦਾ। ਸੁਧਰਨਾ ਜਾਂ ਵਿਗੜਨਾ ਮਨੁੱਖ ਦੇ ਸੁਭਾਅ ਉੱਤੇ ਵੀ ਨਿਰਭਰ ਕਰਦਾ ਹੈ। ਜਿੱਦਾਂ ਮੈਂ ਕਹਿ ਸਕਦਾ ਰਾਮਾਇਣ ਦੇ ਵਿੱਚ ਦੋ ਪਾਤਰ ਹੋਏ ਆ, ਵਿਭੀਸ਼ਣ ਔਰ ਕਕਈ। ਜਿਹੜੇ ਵਿਭੀਸ਼ਣ ਸੀ ਉਹ ਰਾਵਣ ਦੇ ਰਾਜ ਵਿੱਚ ਰਹਿ ਕੇ ਵੀ ਨਹੀਂ ਵਿਗੜਿਆ ਵਿਭੀਸ਼ਣ, ਔਰ ਜਿਹੜੀ ਕਕਈ ਸੀ ਉਹ ਰਾਮ ਦੇ ਰਾਜ ਵਿੱਚ ਰਹਿ ਕੇ ਵੀ ਨਹੀਂ ਸੁਧਰੀ। ਸੋ ਇਹ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਮਾਂ ਬਾਪ ਦਾ ਹੀ ਹਰ ਕਸੂਰ ਹੁੰਦਾ ਆ,
ਜਿਹਨੇ ਨਹੀਂ ਸੁਧਰਨਾ ਉਹਨੇ ਨਹੀਂ ਸੁਧਰਨਾ, ਸੁਧਰਨਾ ਜਾਂ ਵਿਗੜਨਾ ਮਨੁੱਖ ਦੇ ਸੁਭਾਅ ਉੱਤੇ ਵੀ ਬੜੇ ਸਾਰੇ ਫੈਕਟਰਸ ਹੈ ਗੁਰਦੀਪ ਜੀ। ਹਾਂਜੀ ਨਹੀਂ ਬਹੁਤ ਸਾਰੇ ਫੈਕਟਰਸ ਹੈ ਜਿਹੜੇ ਕੰਟਰੀਬਿਊਟ ਕਰਦੇ ਹੈ ਕਿ ਯੂ ਨੋ ਤੁਸੀਂ ਕੀ ਕਿਸ ਤਰ੍ਹਾਂ ਕਿਸ ਪਾਸੇ ਜਾਂਦਾ ਹੈ। ਬੜੀ ਸਾਰੀਆਂ ਚੀਜ਼ਾਂ ਜੀਨੈਟਿਕ ਮੇਕਅਪ ਹੈ, ਇਹ ਨਹੀਂ ਕਿ ਪੇਰੈਂਟਸ ਤੋਂ ਆਉਂਦਾ, ਕਿੱਥੋਂ ਪੁਰਾਣਾ ਆ ਸਕਦਾ ਹੈ। ਉਹ ਬੱਚੇ ਜ਼ਿਆਦਾ ਪ੍ਰੋਨ ਹੈਗੇ ਹੈ, ਜ਼ਿਆਦਾ ਕੋਈ ਯੂ ਨੋ ਬੈਡ ਐਲੀਮੈਂਟਸ ਜਿਹੜੀ ਸੋਸਾਇਟੀ ਦੇ ਵਿੱਚ ਹੋਣ ਉਹ ਸਸੈਪਟੇਬਲ ਹੁੰਦੇ, ਜ਼ਿਆਦਾ ਗਲੇਬਲ ਹੁੰਦੇ ਆ, ਮਤਲਬ ਮੰਨ ਜਾਂਦੇ ਹੈ ਕੁਛ, ਕਿਸੇ ਦੀ ਗੱਲਾਂ 'ਚ ਆ ਸਕਦੇ ਹੈ, ਕੋਈ ਜ਼ਿਆਦਾ ਸਤਰਕ ਹੋ ਸਕਦੇ ਹੈ। ਸੋ ਬੜੀਆਂ ਸਾਰੀਆਂ ਚੀਜ਼ਾਂ, ਇਨਵਾਇਰਮੈਂਟ ਕੈਸੀ ਹੈ, ਉਹ ਕੋਈ ਚੀਜ਼ ਅਗਰ ਲੈ ਲੈਂਦੇ ਨੇ, ਅਗਰ 10 ਬੱਚੇ ਕੋਈ ਟ੍ਰੀ ਐਕਸਪੈਰੀਮੈਂਟ ਕਰਦੇ ਨੇ, ਕਿਹੜਾ ਬੱਚਾ ਉਹਨੂੰ ਅਡਿਕਟ ਹੋ ਜਾਏਗਾ, ਉਹ ਵੀ ਬੜਾ ਜੀਨੈਟਿਕ, ਬੜੇ ਸਾਰੇ ਫੈਕਟਰਸ ਹੈ। ਸੋ ਮੇਰੇ ਕਹਿਣ ਦਾ ਭਾਵ ਹਮੇਸ਼ਾ ਇਹ ਹੈ ਕਿ ਅਸੀਂ ਇੱਕਦਮ ਜਿਹੜਾ ਈਜ਼ੀਐਸਟ ਹੈ ਉਹਨੂੰ ਇੱਕਦਮ ਵਿਕਟਮ ਨਾ ਬਣਾਈਏ, ਯੂ ਨੋ ਇੱਕ ਤਰ੍ਹਾਂ ਨਾਲ ਉਹਦੇ 'ਤੇ ਅਟੈਕ ਨਾ ਕਰੀਏ ਕਿ ਬਈ ਹਾਂ ਪੇਰੈਂਟਸ ਦੀ ਗਲਤੀ ਹੈ, ਪੇਰੈਂਟਸ ਠੀਕ ਕਰਦੇ ਤਾਂ ਇਹ ਬੱਚਾ ਇਹ ਨਹੀਂ ਹੋ ਸਕਦਾ ਸੀ। ਦੈਟ ਇਜ਼ ਵੋਟ ਆਈ ਵਾਜ਼ ਟਰਾਇੰਗ ਟੂ ਸੇ, ਇਹ ਨਹੀਂ ਕਿ ਪੇਰੈਂਟਸ ਦਾ ਵਧੀਆ ਧਿਆਨ ਰੱਖਣਾ ਉਹ ਫਾਇਦੇ ਵਿੱਚ ਨਹੀਂ ਜਾਏਗਾ, ਉਹ ਕਰੇਗਾ ਹਮੇਸ਼ਾ, ਖੂਬ ਪਿਆਰ ਦੇਣਾ, ਖੂਬ ਟਾਈਮ ਦੇਣਾ, ਉਹ ਡੈਫੀਨੇਟਲੀ ਵਿਲ ਹੈਲਪ, ਬਟ ਯੂ ਨੋ ਵਟ ਆਈ ਮੀਨ। ਸੋ ਬਹੁਤ ਜ਼ਰੂਰੀ ਹੈ ਕਿ ਸਾਰੇ ਅਸੀਂ ਇਸ ਚੀਜ਼ ਦਾ ਧਿਆਨ ਰੱਖੀਏ, ਆਪਣੇ ਬੱਚੇ, ਆਪਣੇ ਇਰਦ ਗਿਰਦ ਦੋਸਤਾਂ ਦੇ, ਨੇਬਰਸ ਦੇ, ਕੋਈ ਵੀ ਜਿਹੜੇ ਬੱਚੇ ਹੈ ਉਹ ਸਾਰੇ ਸਾਂਝੇ ਬੱਚੇ, ਉਹਨਾਂ ਦੀ ਜਿਹੜੀ ਅਪਬ੍ਰਿੰਗਿੰਗ ਹੈਗੀ ਹੈ ਉਹ ਸਹੀ ਰਹਿਣ, ਚੰਗੀ ਤਰ੍ਹਾਂ ਜੀਣ, ਯੂ ਨੋ ਕਿਉਂਕਿ ਇੱਕ ਬੜੇ ਸੈਂਸਿਟਿਵ ਜੇ ਟਾਈਮਸ ਹੁੰਦੇ ਆ, ਉਸ ਵੇਲੇ ਥੋੜ੍ਹਾ ਜ਼ਿਆਦਾ ਤੁਸੀਂ ਅਗਰ ਧਿਆਨ ਰੱਖ ਸਕਦੇ ਹੋ, ਕੋਈ ਅਡਲਟਸ ਹੈਗੇ ਹੋ ਤਾਂ ਉਹ ਬਹੁਤ ਵਧੀਆ ਗੱਲ ਹੈ। ਜਿਸ ਤਰ੍ਹਾਂ ਇਹਨਾਂ ਨੇ ਬੜੀ ਅੱਛੀ ਗੱਲ ਸ਼ੇਅਰ ਕੀਤੀ ਕਿ ਇਹਨਾਂ ਨੇ ਔਫਰ ਕੀਤਾ ਕਿ ਮੇਰੇ ਕੋਲ ਭੇਜ ਦਿਉ, ਬਟ ਹੁਣ ਅਗਰ ਉਹ ਥੋੜ੍ਹਾ ਜਿਹਾ ਇਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਨੂੰ ਸਟ੍ਰੈਸ ਦੇ ਰਿਹਾ, ਮੈਨੂੰ ਲੱਗਦਾ ਕਿ ਫਿਰ ਵੀ ਬੜੀਆਂ ਚੀਜ਼ਾਂ ਇਸ ਦੁਨੀਆ ਜ਼ਿੰਦਗੀ 'ਚ ਸਟ੍ਰੈਸ ਦਿੰਦੀਆਂ, ਇਹਨੂੰ ਸਟ੍ਰੈਸ ਵਾਕਣ ਨਾ ਲੈ ਕੇ ਇੱਕ ਓਪਰਚੁਨਿਟੀ ਲੈ ਕੇ ਕਿ ਇੱਕ ਬੱਚੇ ਨੂੰ ਸਵਾਰਨ ਦਾ ਤੁਹਾਨੂੰ ਮੌਕਾ ਮਿਲਿਆ, ਇੱਕ ਬੱਚੇ ਨੂੰ ਉਹ ਯੂ ਨੋ ਇੱਕ ਉਹਦੀ ਜ਼ਿੰਦਗੀ 'ਚ ਉਹ ਵਾਲਾ ਐਡਲਟ ਬਣਨ ਦੀ ਮੌਕਾ ਮਿਲਿਆ ਜਦੋਂ ਸ਼ਾਇਦ ਲੇਟਰ ਔਨ ਉਹ ਕਹੇ ਕਿ ਇਸ ਬੰਦੇ ਨੇ ਮੈਨੂੰ ਮੋੜ ਲਿਆ। ਸੋ ਆਈ ਵੁੱਡ ਸੇ ਕਿ ਉਹ ਅਸੀਂ ਸਾਰੇ ਸੋਚੀਏ ਕਿ ਹਾਂ ਕੋਈ ਇਸ ਤਰ੍ਹਾਂ ਦਾ ਗਿਵ ਅਪ ਨਹੀਂ ਜਲਦੀ ਕਰਨਾ। ਸੋ ਕੋਈ ਵੀ ਸਲਿਊਸ਼ਨ ਲੱਭਿਆ ਜਾ ਸਕਦਾ, ਟ੍ਰੇਨਿੰਗ ਦਿੱਤੀ ਜਾ ਸਕਦੀ ਹੈ, ਜ਼ਿਆਦਾ ਮੋਨੀਟਰ ਕੀਤਾ ਜਾ ਸਕਦਾ, ਹਾਂ ਬਈ ਇੰਨਾ ਜਿਹਾ ਕੰਮ ਦਿੱਤਾ ਥੋੜ੍ਹਾ ਦਿਓ, ਥੋੜ੍ਹਾ ਦੇ ਕੇ ਹਾਂ ਬਈ ਨੈਕਸਟ ਰਿਜ਼ਲਟ ਕੀ ਹੈ, ਇਹ ਨਹੀਂ ਕਿ ਹਾਂ ਦੇ ਕੇ 2 ਦਿਨ ਦਾ ਬਾਅਦ ਪੁੱਛ ਰਹੇ ਹਾਂ। ਸੋ ਹੋ ਸਕਦਾ ਉਸ ਤਰ੍ਹਾਂ ਦਾ ਬੱਚਾ ਹੋਏ ਜਿਹੜਾ ਕਿ ਥੋੜ੍ਹੇ ਥੋੜ੍ਹਾ ਕਰਕੇ ਫਿਰ ਅੱਗੇ, ਫਿਰ ਜਦੋਂ ਤੁਸੀਂ ਐਪਰੀਸ਼ੀਏਟ ਕਰੋਗੇ ਹਾਂ ਤੂੰ ਠੀਕ ਕੀਤਾ ਤਾਂ ਉਹ ਆਪਣੇ ਆਪ ਬੈਟਰ ਕਰਨ ਲੱਗੇਗਾ। ਸੋ ਇਹ ਸਾਰੀਆਂ ਜਿਹੜੀਆਂ ਬੜੀਆਂ ਸਾਰੀਆਂ ਟੈਕਟਿਕਸ ਹੈ ਜਿਹੜੀਆਂ ਤੁਸੀਂ ਇਸਤੇਮਾਲ ਕਰ ਸਕਦੇ ਹੋ, ਔਰ ਪੇਰੈਂਟਸ ਵਾਸਤੇ ਵੀ ਪੇਰੈਂਟਸ ਨੂੰ ਸੁਜੈਸਟ ਕਰ ਸਕਦੇ ਹੋ, ਉਹਨਾਂ ਦੀ ਕੋਲੈਬਰੇਸ਼ਨ 'ਚ ਜੋ ਵੀ ਕਰ ਸਕਦੇ ਹੋ ਕਰੋ, ਟੀਚਰਸ ਨੂੰ, ਕਾਉਂਸਲਰਸ ਨੂੰ ਜ਼ਰੂਰ ਦੱਸੋ। ਡਾਕਟਰ ਨੂੰ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਕੋਈ ਵੀ ਐਸੀ ਚੀਜ਼ ਸਡਨ ਗ੍ਰੇਡਸ ਦੇ ਵਿੱਚ ਥੱਲੇ ਚਲੇ ਜਾਣਾ, ਨਾ ਦਿਲ ਲੱਗਣਾ ਸਕੂਲ ਦੇ ਵਿੱਚ, ਨਹੀਂ ਉਹ ਹੋ ਰਿਹਾ, ਇਹ ਚੀਜ਼ਾਂ ਡਾਕਟਰ ਨੂੰ ਜ਼ਰੂਰ ਦੱਸੋ, ਟੀਚਰ ਔਰ ਕਾਉਂਸਲਰ ਨੂੰ ਜ਼ਰੂਰ ਦੱਸੋ, ਹੱਲ ਫਿਰ ਲੱਭਦੇ ਜਾਣਗੇ। ਸੋ ਅੱਜ ਵਾਸਤੇ ਇੰਨਾ ਹੀ, ਪਰ ਫਿਰ ਵੀ ਕੱਲ੍ਹ ਡੈਫੀਨੇਟਲੀ ਅਗੇਨ ਦੱਸ ਰਹੀ ਹਾਂ, ਫਿਲਮ ਮੇਕਰ, ਡਾਇਰੈਕਟਰ, ਪ੍ਰੋਡਿਊਸਰ, ਯੂ ਨੋ ਆਰਟਿਸਟ, ਖੁਦ ਪਰਫੋਰਮਰ ਹੈਗੇ ਆ ਜਿਹੜੇ, ਔਥਰ ਨੇ ਅਤੇ ਸਾਡੇ ਕੋਲ ਕੱਲ੍ਹ ਆ ਰਹੇ ਨੇ, ਕਰੰਟਲੀ ਟਿਸ਼ ਸਕੂਲ ਆਫ ਆਰਟਸ ਐਂਡ ਥੀਏਟਰ NYU ਦੇ ਵਿੱਚ ਪੜ੍ਹਾ ਰਹੇ ਨੇ। ਸੋ ਜ਼ਰੂਰ ਗੱਲ ਕਰਨ ਵਾਸਤੇ ਕਾਲਸ ਵੀ ਜ਼ਰੂਰ ਕਰਨਾ, ਔਰ ਡੂ ਟਿਊਨ ਇਨ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।